जीएसके टीवी दा तारमक पुराला कविश्री कला मंच आओ वेखिए हर हफ्ते ये प्रोग्राम। लखवीर सिंह तख्तूपुरा लैके हाजिर हाँ तुहाडा अपना प्रोग्राम कविश्री अते कला मंच। कविश्री कला मंच प्रोग्राम दे विच जिहड़ी अज असी तुहाडी मुलाकात करवावांगे बहुत ही सत्कारयोग जत्था पाठक ब्रदरस धनौले वाले, पाठक भरा धनौले वाले उन्हां नाल अज दी इंटरव्यू दे विच आपां गल्लां बातां ਸਾਂਝੀਆਂ ਕਰਾਂਗੇ ਜੋ ਤੁਸੀਂ ਆਮ ਮੀਡੀਆ ਦੇ ਉੱਪਰ ਉਹਨਾਂ ਨੂੰ ਵੇਖਦੇ ਰਹਿੰਦੇ ਹੋ। ਸਾਰੀ ਗੱਲਬਾਤ ਅੱਜ ਦੀ ਇੰਟਰਵਿਊ ਦੇ ਵਿੱਚ ਉਹਨਾਂ ਨਾਲ ਕਰਾਂਗੇ ਵੀ ਕਿੱਥੋਂ ਜਿਹੜਾ ਉਹਨਾਂ ਨੇ ਕਵਿਤਰੀ ਦਾ ਦੌਰ ਹੈ ਸ਼ੁਰੂ ਕੀਤਾ, ਅੱਗੇ ਉਹਨਾਂ ਦੀਆਂ ਕੀ ਕੁਝ ਪ੍ਰਾਪਤੀਆਂ ਕਵਿਸ਼ਰੀ ਦੇ ਵਿੱਚ ਹੋਈਆਂ ਨੇ, ਉਹ ਸਾਰੀ ਗੱਲਬਾਤ ਅੱਜ ਦੀ ਇੰਟਰਵਿਊ ਦੇ ਵਿੱਚ ਆਪਾਂ ਸਾਂਝੀ ਕਰਾਂਗੇ। ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਪਾਠਕ ਭਰਾ ਧਨੌਲੇ ਵਾਲੇ ਜੁੜੇ ਹੋਏ ਨੇ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਾਰਿਆਂ 'ਤੇ ਜੋ ਕੈਮਰਾ ਮਾਰਿਆ ਜਾਵੇ। ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ ਜੀ, ਤੁਸੀਂ GSK TV ਦੇ ਕੈਮਰੇ 'ਤੇ ਆਇਓ। ਸਭ ਤੋਂ ਪਹਿਲਾਂ ਤੁਹਾਨੂੰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਪ੍ਰੋਗਰਾਮ ਦਾ ਆਪਾਂ ਆਗਾਜ਼ ਕਰਦੇ ਹੋ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਆਪਾਂ ਜਾਣਦੇ ਵੀ ਜਦੋਂ ਕਵੀਸ਼ਰ ਕੋਈ ਵੀ ਸਟੇਜ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਵੰਦਨਾ ਹੁੰਦੀ ਹੈ ਜ਼ਰੂਰ। ਅੱਜ ਆਪਾਂ ਭਗਵਾਨ ਦੇ ਚਰਨਾਂ 'ਚ ਵੰਦਨਾ ਕਰੀਏ, ਫਿਰ ਅੱਗੇ ਜੋ ਵਿਚਾਰ ਹੋਊਗਾ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਪਹਿਲਾਂ ਆਪਾਂ ਸਾਰੇ ਜਣੇ ਨਾਲ ਮਿਲ ਕੇ ਭਗਵਾਨ ਦੇ ਚਰਨਾਂ 'ਚ ਵੰਦਨਾ ਕਰੀਏ। ਮੰਗਲਾ ਚਰਨ ਵੇਗਣ ਹਰਨ ਪਾਣੀ ਦੇਵਤੇ ਭਰਨ ਲੱਗਿਆ ਤੇਰੀ ਮੈਂ ਸ਼ਰਨ ਓਟ ਤੇਰੀ ਮੈਂ ਤਕਾਈ ਜਦ ਕਰ ਰਗੁਰਾਈ ਹੋ ਜਾਣ ਕੇ ਸਹਾਈ ਇੰਨੀ ਦੇਰ ਕਿਉਂ ਲਗਾਈ ਕਬ ਤਾਓ ਚਰਨੀ ਹਵਾ ਦਾ ਮੰਗਲਾ ਦੀ ਫੁੱਲ ਚੜੀ ਲਾ ਦੀਏ ਮੋਤੀਆਂ ਦੀ ਚੋਗ ਹੰਸ ਕਚਹਿਰੀ ਨੂੰ ਜੀ ਸ਼ੌਕ ਨਾਲ ਪਾ ਦੀਏ ਮੋਤੀਆਂ ਦੀ ਚੋਗ ਹੰਸ ਕਚਹਿਰੀ ਨੂੰ ਜੀ ਸ਼ੌਕ ਨਾਲ ਪਾ ਦੀਏ ਹੋ ਜੀ ਆਇਆ ਅੱਖਾਂ ਸਭ ਸੰਗਤਾਂ ਨੂੰ ਭਾਗਾਂ ਨਾਲ ਨੇ ਹੁੰਦੇ ਦੀਦਾਰ ਤੁਹਾਡੇ ਆਣ ਬੈਠ ਗਏ ਰੱਬੀ ਮਹਿਫਲਾਂ ਮੈਂ ਉੱਚੇ ਸੁੱਚੇ ਤੇ ਸ਼ੁਭ ਨੇ ਵਿਚਾਰ ਤੁਹਾਡੇ ਹੋ ਲੱਗੇ ਹਾਜ਼ਰੀ ਵਿੱਚ ਦਰਬਾਰ ਸੱਚੇ ਉੱਤੇ ਖੁਸ਼ ਨੇ ਦਾ ਸੰਗਵਤਾਰ ਤੁਹਾਡੇ ਹੋ ਲੈ ਕੇ ਕਵਤਾ ਦੇ ਪੁਸ਼ਪ ਦਰਬਾਰ ਸਿੰਘਾ ਪਾ ਦੀਏ ਗਲਾਂ ਵਿੱਚ ਗੁੰਦ ਕੇ ਹਾਰ ਤੁਹਾਡੇ ਪਾ ਦੀਏ ਗਲਾਂ ਵਿੱਚ ਗੁੰਦ ਕੇ ਹਾਰ ਤੁਹਾਡੇ ਹੋ ਮੱਕੇ ਗਿਆ ਮੈਨੂੰ ਇੱਟਾਂ ਦੀਆਂ ਤੇ ਗੰਗਾ ਗਿਓ ਜਲ ਪਾਣੀ ਬੁੱਲੇ ਸ਼ਾਹ ਰੱਬ ਅੰਦਰੋਂ ਮਿਲਿਆ ਹੋ ਮੇਰੀ ਮੁੱਕ ਗਈ ਆਉਣੀ ਜਾਣੀ ਹੋ ਮੇਰੀ ਮੁੱਕ ਗਈ ਆਉਣੀ ਜਾਣੀ। ਬਾਈ ਜੀ, ਜਿੱਥੇ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਪਹਿਲਾਂ ਸਰੋਤਿਆਂ ਨਾਲ ਤੁਹਾਡੀ ਮੁਲਾਕਾਤ ਕਰਾਈਏ, ਤੁਸੀਂ ਆਪੋ ਆਪਣੇ ਨਾਮ ਜ਼ਰੂਰ ਦੱਸਿਓ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਂ ਜੀ ਪ੍ਰੀਤ ਪਾਠਕ ਹੈ ਜੀ। ਜੀ,
ਤੁਹਾਡੇ ਬ੍ਰਦਰ ਦਾ ਨਾਮ ਮਿੱਠੂ ਪਾਠਕ ਹੈ ਜੀ ਤੇ ਸਤਨਾਮ ਪਾਠਕ ਜੀ ਸਤਨਾਮ ਪਾਠਕ ਜੀ ਅੱਛਾ ਮੈਂ ਤੁਹਾਡੇ ਨਾਲ ਜੇ ਆਪਾਂ ਗੱਲਾਂ ਬਾਤਾਂ ਦਾ ਜਿਹੜਾ ਸਫ਼ਰ ਸ਼ੁਰੂ ਕਰੀਏ ਮੈਂ ਪੁੱਛਣਾ ਚਾਹੂੰਗਾ ਵੀ ਜਿਹੜੇ ਤੁਸੀਂ ਤਿੰਨ ਭਰਾ ਹੋ ਇਕੱਠੇ ਅਤੇ ਜਿਹੜਾ ਤੁਹਾਡਾ ਕਵੀਸ਼ਰੀ ਦਾ ਸਫ਼ਰ ਹੈ ਇਹ ਕਿੱਥੋਂ ਸ਼ੁਰੂ ਹੋਇਆ ਤਿੰਨਾਂ ਦਾ ਇਕੱਠੇ ਸ਼ੁਰੂ ਹੋਇਆ ਜਾਂ ਕਿਵੇਂ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਸਰੋਤੇ ਜਿਹੜੇ ਵੀ ਸਾਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਅਤੇ ਜੀ ਐੱਸ ਕੇ ਟੀ ਵੀ ਆਈ ਅਤੇ ਵੀਰ ਲਖਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਸਾਡੇ ਨਗਰ ਧਨੌਲਾ ਵਿਖੇ ਪਹੁੰਚੇ ਨੇ ਅਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਅਤੇ ਜੇ ਗੱਲ ਕਰੀਏ ਆਪਾਂ ਕਵੀਸ਼ਰੀ ਦੇ ਸਫ਼ਰ ਦੀ ਜੀ ਸਾਡੇ ਦਾਦਾ ਪੰਡਿਤ ਸ਼੍ਰੀ ਭਗਤ ਰਾਮ ਜੀ ਜੀ ਉਹ ਕਵੀਸ਼ਰ ਸੀਗੇ ਜੀ ਜੀ ਇੱਕ ਮਾਧਮਪੁਰ ਵਾਲਾ ਕਵੀਸ਼ਰ ਹੋਇਆ ਉਹਦਾ ਨਾਮ ਪੰਡਿਤ ਭਗਤ ਰਾਮ ਸੀ ਸਾਡੇ ਦਾਦਾ ਜੀ ਹਾਂਜੀ ਇਹ ਦੋਨੇ ਇਕੱਠੇ ਵੀ ਗਾਉਂਦੇ ਰਹੇ ਨੇ ਜੀ ਅਤੇ ਉਹ ਉਦੋਂ ਥੋੜ੍ਹਾ ਜਿਹਾ ਮਾਹੌਲ ਦੇ ਹਿਸਾਬ ਨਾਲ ਜੀ ਜਿਹੜਾ ਸਾਡੇ ਪੜਦਾਦਾ ਜੀ ਸੀਗੇ ਜੀ ਉਹ ਜਦੋਂ ਕਵੀਸ਼ਰੀ ਗਾਉਣ ਚਲੇ ਜਾਂਦੇ ਤਾਂ ਉਹਨਾਂ ਦੇ ਪਿੱਛੇ ਚਲੇ ਜਾਂਦੇ ਇੱਕ ਦੋ ਸਟੇਜਾਂ ਤੋਂ ਉਹ ਮਤਲਬ ਉਹਨਾਂ ਨੂੰ ਲੈ ਕੇ ਵੀ ਆਏ ਮਤਲਬ ਧਮਕਾ ਕੇ ਵੀ ਤੂੰ ਖੇਤ ਕੰਮ ਕਰ ਕਿਉਂਕਿ ਉਦੋਂ ਖੇਤੀ ਦਾ ਰੁਝਾਨ ਲੋਕਾਂ 'ਚ ਜ਼ਿਆਦਾ ਸੀਗਾ ਅਤੇ ਅਸੀਂ ਸਾਨੂੰ ਜਦੋਂ ਅਸੀਂ ਵੱਡੇ ਹੋਏ ਥੋੜ੍ਹੇ ਥੋੜ੍ਹੇ ਜੀ ਅਤੇ ਦਾਦਾ ਜੀ ਦੀ ਨਿੱਘ ਦੇ ਵਿੱਚ ਗੋਦ ਦੇ ਨਿੱਘ ਦੇ ਵਿੱਚ ਬੁੱਕਲ ਦੇ ਵਿੱਚ ਅਸੀਂ ਖੇਡਦੇ ਬਿਲਕੁਲ ਅਤੇ ਉਹਨਾਂ ਤੋਂ ਗੱਲਾਂ ਬਾਤਾਂ ਸੁਣਦੇ ਜੀ ਤਾਂ ਉਹਨਾਂ ਦਾ ਸੁਣਾਉਣ ਦਾ ਲਹਿਜਾ ਹੀ ਐਸਾ ਸੀਗਾ ਵੀ ਕੋਈ ਵੀ ਬੰਦਾ ਸੁਣ ਲੈਂਦਾ ਤਾਂ ਉਹਦੇ ਵੱਲ ਪ੍ਰੇਰਿਤ ਹੋ ਜਾਂਦਾ ਸੀ ਜੀ ਤਾਂ ਮੈਂ ਵੱਡਾ ਹੋਣ ਕਰਕੇ ਮੈਂ ਬਹਿ ਜਾਂਦਾ ਬੁੱਕਲ 'ਚ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਦਾਦਾ ਜੀ ਜੀ ਅਤੇ ਮੈਂ ਬਹਿ ਜਾਂਦਾ ਮੈਂ ਕਹਿੰਦਾ ਦਾਦਾ ਜੀ ਸੁਣਾਓ ਜੀ ਵੀ ਮੈਨੂੰ ਕੋਈ ਕਹਾਣੀ ਜਾਂ ਮਤਲਬ ਬਾਤ ਸੁਣਾਓ ਕੋਈ ਬਾਤਾਂ ਕਹਿ ਦਿੰਦੇ ਜੀ 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 ਤਾਂ ਉਹ ਸੁਣਾਉਣ ਲੱਗ ਜਾਂਦੇ ਮਹਾਂਭਾਰਤ ਜਾਂ ਹੋਰ ਇਹੋ ਜਿਹਾ ਕੁਛ ਸੁਣਾਉਣ ਲੱਗ ਜੇ ਫਿਰ ਇਹ ਭੱਜ ਕੇ ਆ ਜਾਂਦੇ ਸਾਰੇ ਜੀ ਫਿਰ ਤਿੰਨੇ ਉਹ ਕਰਨ ਲੱਗ ਜਾਂਦੇ ਉੱਤੇ ਕਿਤੇ ਘਨੇੜਿਆਂ 'ਤੇ ਚੜ੍ਹ ਗਏ ਪਿਆਰ ਕਰਨਾ ਫਿਰ ਉਹਨਾਂ ਤੋਂ ਅਸੀਂ ਕਹਾਣੀਆਂ ਬਾਤਾਂ ਅਤੇ ਸੁਣਨ ਲੱਗ ਜਾਂਦੇ ਫਿਰ ਮਹਾਂਭਾਰਤ ਸੁਣਾਉਣ ਲੱਗ ਜਾਂਦੇ ਹਰੀਚੰਦ ਰਾਜਾ ਸੁਣਾਉਣ ਲੱਗ ਜਾਂਦੇ ਮਤਲਬ ਇਹੋ ਜਿਹੇ ਕਿੱਸੇ ਸਾਨੂੰ ਸੁਣਾਉਣ ਲੱਗ ਜਾਂਦੇ ਜੀ ਫਿਰ ਉਹਨਾਂ ਬਾਰੇ ਇਹੋ ਕਰਦੇ ਅਤੇ ਸਾਨੂੰ ਕਹਿੰਦੇ ਵੀ ਤੁਸੀਂ ਵੱਡੇ ਹੋ ਕੇ ਕਵੀਸ਼ਰ ਬਣੋਗੇ ਮੇਰੀਆਂ ਇੱਛਾਵਾਂ ਪੂਰੀਆਂ ਕਰੋਗੇ ਜੀ ਅਸੀਂ ਕਹਿੰਦੇ ਹਾਂ ਜ਼ਰੂਰ ਕਰਾਂਗੇ ਅਸੀਂ ਉਹਨਾਂ ਤੋਂ ਮਤਲਬ ਸਫ਼ਰ ਸ਼ੁਰੂ ਕੀਤਾ ਸਾਡੇ ਦਾਦਾ ਜੀ ਤੋਂ ਪੰਡਿਤ ਸ਼੍ਰੀ ਭਗਤ ਰਾਮ ਜੀ ਤੋਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਜੀ ਅਸੀਂ ਕਵੀਸ਼ਰੀ ਇਹਨੂੰ ਅਪਣਾਇਆ ਅਸੀਂ 1995 ਤੋਂ ਸਮਝ ਲਓ ਮੈਂ ਥੋੜ੍ਹਾ ਥੋੜ੍ਹਾ ਉਹ ਕਰਨ ਲੱਗਿਆ ਸੀਗਾ ਜੀ 98 ਤੋਂ ਪ੍ਰੋਪਰ ਅਸੀਂ ਤਿੰਨੇ ਭਰਾ ਜੀ ਕਵੀਸ਼ਰੀ ਨੂੰ ਅਪਣਾ ਲਿਆ ਸੀ 98 ਦੇ ਵਿੱਚ ਪ੍ਰੋਪਰ ਖੜ ਕੇ ਤੁਸੀਂ ਤਿੰਨੇ ਭਰਾਵਾਂ ਨੇ ਕਵੀਸ਼ਰੀ ਨੂੰ ਅਪਣਾਇਆ ਕਵੀਸ਼ਰੀ ਦੇ ਵਿੱਚ ਕੁਛ ਯਾਦ ਹੈ ਵੀ ਪਹਿਲੀ ਸਟੇਜ ਤੁਸੀਂ ਕਿੱਥੇ ਲਾਈ ਤਿੰਨਾਂ ਨੇ ਹਾਂਜੀ ਪਹਿਲੀ ਸਟੇਜ ਅਸੀਂ ਧਨੌਲੇ ਲਾਈ ਸੀਗੀ ਸਾਡੇ ਜੀ ਕ੍ਰਿਸ਼ਨ ਭਗਵਾਨ ਜੀ ਦਾ ਡੇਰਾ ਗਾ ਸਾਡੇ ਗੁਰਦਾਸ ਜੀ ਦਾ ਡੇਰਾ ਵੱਜਦਾ ਜੀ ਜੀ ਉੱਥੋਂ ਸਾਡੇ ਪਿਤਾ ਜੀ ਨੂੰ ਲੈ ਕੇ ਦਾਦਾ ਜੀ ਨੂੰ ਉਹਨਾਂ ਦੇ ਮਤਲਬ ਦਾਦਾ ਪਿਤਾ ਜੀ ਉੱਥੋਂ ਲੈ ਕੇ ਆਏ ਸੀਗੇ ਜੀ ਉਹ ਕਵੀਸ਼ਰੀ ਗਾਉਂਦੇ ਨੂੰ ਕਵੀਸ਼ਰੀ ਗਾਉਂਦੇ ਨੂੰ ਸਾਡੇ ਦਾਦਾ ਜੀ ਦੀ ਰੀਸ ਸੀਗੀ ਵੀ ਉੱਥੇ ਉਹ ਸਟੇਜ 'ਤੇ ਤੁਸੀਂ ਗਾਉਂਦੇ ਹੋ ਮੈਂ ਮੂਹਰੇ ਬੈਠਾ ਹਾਂ ਜੀ ਅਸੀਂ ਉਹਨਾਂ ਰੀਝ ਉਹ ਪੂਰੀ ਕੀਤੀ ਅਸੀਂ ਉੱਥੇ ਗਾਉਂਦੇ ਸੀਗੇ ਅਤੇ ਉਹ ਮੂਹਰੇ ਬੈਠ ਕੇ ਸਾਨੂੰ ਸੁਣ ਰਹੇ ਸੀਗੇ ਨਾਲ ਸਾਡੇ ਉਸਤਾਦ ਜੀ ਵੀ ਸੀਗੇ ਦਰਸ਼ਨ ਸਿੰਘ ਧਨੌਲਾ ਜੀ ਜੀ ਅਤੇ ਉਹ ਬੈਠ ਕੇ ਮੂਹਰੇ ਸੁਣਦੇ ਸੀ ਤਾਂ ਉਹਨਾਂ ਦੇ ਅੱਖਾਂ ਦੇ ਵਿੱਚੋਂ ਪਾਣੀ ਤ੍ਰਿਪ ਤ੍ਰਿਪ ਛੋਪਿਆ ਜੀ ਖੁਸ਼ੀ ਨਾਲ ਜੀ ਵੀ ਅੱਜ ਮੇਰੇ ਪੋਤਿਆਂ ਨੇ ਇੱਛਾ ਪੂਰੀ ਕੀਤੀ ਬਿਲਕੁਲ ਬਿਲਕੁਲ ਹਾਂਜੀ ਕੁਛ ਯਾਦ ਹੈ ਵੀ ਤੁਹਾਨੂੰ ਉੱਥੇ ਜਿਹੜੀ ਪਹਿਲੀ ਕਵਿਤਾ ਤੁਸੀਂ ਬੋਲੀ ਸੀ ਕੀ ਬੋਲਿਆ ਸੀ ਹਾਂਜੀ ਯਾਦ ਹੈ ਜੀ ਜਿਹੜੀ ਕਵਿਤਾ ਤੁਸੀਂ ਪਹਿਲੀ ਵਾਰ ਉੱਥੇ ਬੋਲੀ ਸੀ ਦੋ ਚਾਰ ਉਹਦੇ ਬੋਲ ਹੋ ਜਾਣ ਸਰੋਤਿਆਂ ਨੂੰ ਕਿਉਂਕਿ ਇੱਕ ਵੱਡੀ ਖੁਸ਼ੀ ਹੋ ਗਈ ਸਾਨੂੰ ਵੀ ਖੁਸ਼ੀ ਹੋਈ ਹੈ ਵੀ ਕਿਸੇ ਪੋਤੇ ਨੇ ਆਪਣੇ ਦਾਦਿਆਂ ਦੀ ਦਾਦੇ ਦੀ ਜਿਹੜੀ ਖੁਸ਼ੀ ਹੈ ਉਹ ਪੂਰੀ ਕੀਤੀ ਹੈ ਅੱਜ ਸਰੋਤੇ ਵੀ ਸੁਣਨਾ ਚਾਹੁੰਗੇ ਵੀ ਕਿਹੜੇ ਸ਼ਬਦ ਸੀ ਜਿਹਦੇ ਸ਼ਬਦਾਂ ਨੇ ਤੁਹਾਡੇ ਦਾਦੇ ਨੂੰ ਮੋਲਿਆ ਉੱਥੋਂ ਦੀ ਸੰਗਤ ਨੂੰ ਮੋਲਿਆ ਅਤੇ ਤੁਹਾਡਾ ਜਿਹੜਾ ਕਵੀਸ਼ਰੀ ਦਾ ਸਫ਼ਰ ਹੈ ਉਹ ਅੱਗੇ ਸ਼ੁਰੂ ਹੋ ਗਿਆ ਉਹਦੇ ਦੋ ਸ਼ਬਦ ਉਹ ਕਵਿਤਾ ਸੀ ਜੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਨੂੰ ਜੀ ਫਰਿਆਦਾਂ ਨੇਗੀਆਂ ਜੀ ਉਹਦੇ ਵਿੱਚ ਵੀ ਇੱਥੇ ਦੁਬਾਰੇ ਜਿਹੜਾ ਇਹ ਲਾਣਾ ਵੱਧ ਚੁੱਕਿਆ ਹੈਗਾ ਜੀ ਜੀ ਉਦੋਂ ਵੀ ਤੁਸੀਂ ਆ ਕੇ ਠੱਲ ਪਾਈ ਸੀ ਇਹਨੂੰ ਜੀ ਅਤੇ ਹੁਣ ਵੀ ਪਾਓ ਠੱਲ ਆ ਕੇ ਉਸ ਵੇਲੇ ਦੀ ਕਵਿਤਾ ਬਾਬੇ ਨਾਨਕ ਜੀ ਨੂੰ ਇਉਂ ਫਰਿਆਦਾਂ ਕਰ ਦੇਣੀ ਪਾਠ ਹੋ ਦੁਨੀਆ ਦਾ ਹਾਲ ਤੱਕ ਰੋਣ ਲੱਗਿਆ ਦੁੱਖ ਤੈਨੂੰ ਦਾਤਿਆ ਸੁਣਾਉਣ ਲੱਗਿਆ ਦੁੱਖ ਤੈਨੂੰ ਦਾਤਿਆ ਸੁਣਾਉਣ ਲੱਗਿਆ ਹੋ ਰੋਲੇ ਦੀ ਬਚਾਲਾ ਇੱਜਤਾਂ ਦੀ ਪੱਗ ਨੂੰ ਆ ਜਾ ਬਾਬਾ ਨਾਨਕਾ ਬਚਾਲੇ ਜੱਗ ਨੂੰ ਆ ਜਾ ਬਾਬਾ ਨਾਨਕਾ ਬਚਾਲੇ ਜੱਗ ਨੂੰ ਉਹ ਧੀਆਂ ਪੁੱਤ ਸਭ ਦੇ ਕੋਰਾਹੇ ਪੈ ਗਏ ਸੁਪਨੇ ਸਜਾਏ ਮਾਪਿਆਂ ਦੇ ਢਹਿ ਗਏ ਸੁਪਨੇ ਸਜਾਏ ਮਾਪਿਆਂ ਦੇ ਢਹਿ ਗਏ ਤੂੰ ਹੀ ਹੁਣ ਆਣ ਕੇ ਬਚਾਲੇ ਲੱਜ ਨੂੰ ਆ ਜਾ ਬਾਬਾ ਨਾਨਕਾ ਬਚਾਲੇ ਜੱਗ ਨੂੰ
आ जा बाबा नानका बचाले जग नू भाई उत्ते भाई इथे फिरे मचदा इथे फिरे मचदा कोई नहीं ओ मुल इथे पाउंदा सचदा कोई नहीं ओ मुल दुनिया च सचदा ओ पैसे दी ही भुख लगी पई है सब नू आजा बाबा नानका बचाले जग नू आजा बाबा नानका बचाले जग नू बेईमान बंदे दिए कदर बड़ी दुनिया भी ओना कोलो रहिंदी ए डरी दुनिया भी ओना कोलो रहिंदी ए डरी ओ कौन समझावे डंगरां दे बाग नू डंगरां दे बाग नू आजा बाबा नानका बचाले जग नू आजा बाबा नानका बचाले जग नू ओ चेला भगत राम दा हैरान हो गया बाबा तेरा वतन बैरान हो गया बाबा तेरा वतन बैरान हो गया दुखड़े सणाउंदा ए परीत रब नू आजा बाबा नानका बचाले जग नू आजा बाबा नानका बचाले जग नू। भाई मिठू सिंह जी मैं तुहाडे नाल गल्लबात सांझी करूंगा भी जिहड़ा तुहाडा फिर बचपन की पढ़ाई है मुढ़ली स्कूली पढ़ाई तिन्ने भरावां ने किन्नी क करी है फिर? हाँ जी मैं ट्रिपल एम ए जी बी एड हाँ जी तो मौजूदा समय मैं गुरु गोबिंद सिंह कॉलेज संघेड़ा दे विच सेवावां निभा रहा हाँ जी तो ये ब्रदर ने जिहड़े सतनाम पाठक जी ये भी एम ए बी एड ने जी तो प्रीत पाठक भी मैं आई टी आई इलैक्ट्रीशियन जी जी हाँ जी वो आधार से मैं जॉब करना ओके जी हाँ जी तो फिर जी जिमें थोड़े दादा जी की सपोर्ट करते कविश्री के फिर पिता जी भी सूँ इन भी सपोर्ट करते हाँ जी ये जी कोई कला होंगी ज़्यादा गॉड गिफ्टड होंगी जी तो उस तो अगे वह सोने से सहागा तो बन जाती है जे परिवार की सपोर्ट हो जी तो साढ़े पिता जी साढ़े माता जी साडा सारा परिवार जी ये सपोर्ट करता है जो भी असं किसी प्रोग्राम से जाना हो बकैरा तौर पर वो साड़ी सपोर्ट करते हैं तो उन्होंने सपोर्ट के नाल ही असं ये सफर जोड़ा दूर तक लेके गए अज भी जे असी जिन्ना क करेगा जिन्ना क गाने जिथे जिथे गएंगे उन्हों की बहुत वड्डी सपोर्ट आ गई कई बार तो वह सानू जिथे नेड़े तेड़े असी गाने उत्थे सुन भी जाते हैं जी पिता जी साढ़े अच्छा तो जिमें हुण तुसीं ब्याहे बरे भी हो अज जिवें फिर घर वाली दा बंदा माहौल चेंज हो जांदा कोई तैयारी दे विच कोई तुहाडे गाउण दे विच कदे कमी पई होवे वी यार आ कम नहीं करना सोच जिहड़े हो जांदे ने बंदे नूं नहीं 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 ये ऐ हुंदा गा जी ये बिल्कुल तुहाडी गल राइट आ जी इहना जदों सानूं किसे कला दी जिम्मेवारी सामने आ जांदी आ उदों सानूं परिवार दी जिम्मेवारी भी नाल दी नाल सामने आ जांदी है ना जदों असीं इक कला नूं तोड़ देंगे सानूं कला दीआं समस्यावां तों असीं जाणू हुंदे आ वी इह कला हुण असीं तिन्ने इकट्ठे गाउणे आ अनेकां समस्यावां सानूं कुशीरी दे विच भी आउंदियां ने असीं उहनां नूं हैंडल करदे आ उहनां नूं समझदे आ उस तरह परिवार चलाउण दी भी आ जांदी आ ते बाकी जिहड़ा परिवार साडियां जिवें घर वालियां ने गियां पत्नियां ने साडियां उन्होंने तकरीबन पहला पता ही सी एंगेजमेंट वेले भी पता सी ये गाउंदे ने क्योंकि हो कई तो जिवें हुण मेरा रिश्ता सी जिहड़ा वह तकरीबन मेरी किताब दे विच कहानी छपी सी उन्होंने उत्थे फोटो देखी सी ते मेरे फादर इन ला सोहरा साहब वह लेखक ने लोक कवि महिंद्रपाल भट्ठल जी ते उह संजोग अहीं जुड़िया जुड़े ही कला करके आ ते इस करके उन्होंने कला दे बारे जानकारी आ ते जदों जानकारी हुंदी आ तां ही सहयोग मिलदा जे उन्होंने तों उह जाणू ना होण फिर थोड़ा जिहा गलत हो जांदा कम्म इस करके हाँ वधिया सहयोग भाई जी इतनी मैं थोड़े नाल है ना एक बड़ी ते अहम गल करना चाहूँगा भी तुसी 95 तो लैके तिने भाई जदों तो दादे तो सीखे हो कट्ठे चले आ रहे हो तो सोनू फिर कदे कोई जिवें जसियां दे विच भीड़ पै जांदी आ कोई इधर हो जाता उधर थोनू फिर तिने भरावां च कोई अड़कना आई है कदे कोई जथे ने इधर गल इधर उधर कही होवे कोई? हाँ जी ये तो अड़कना वैसे कुदरती आ भी इस कला दे विच बहुत बारी देखिया अजिहियां अड़चना आउंदियां रहिंदियां ने सानू भी अनेक आईया ने पर परमात्मा की वड्डी मेहर आ गई भी लम्मा टाइम हो गया सानू साडे उस्ताद दर्शन सिंह धनौला जी एक दरवेश शख्सियत जिन्होंने सानू बरीकियां सिखाइया ने कविश्री दियां उन्हां नाल गाउंदियां नू बड़ा कुछ बड़े लोगों ने चाहिया भी यह जिहड़ा जथा गा इहनू अड कीता जावे पर आएगा भी असीं कहिंदे भी परमात्मा सब दा भला करे ते किसे दा जिक्र तां नहीं करना चाहुंदे पर फिर भी ये जिहड़ियां नेरियां ने इहनां तों असीं उपर उठ के साडे उस्ताद दर्शन सिंह धनौला जी नाल निरंतर स्थिर रह के
ਅਸੀਂ ਇਹਨਾਂ ਨਾਲ ਗਾਉਂਦੇ ਆ ਰਹੇ ਹਾਂ ਅਤੇ ਅੱਜ ਤੱਕ ਅਜਿਹੀ ਕੋਈ ਨੌਬਤ ਨਹੀਂ ਆਈ ਅਤੇ ਸਮਾਂ ਗਾ ਬਲਵਾਨ ਹੁੰਦਾ ਜੇ ਕਦੇ ਆਈ ਤਾਂ ਸੋਚਾਂਗੇ ਇਹਦੇ ਬਾਰੇ ਪਰ ਅਜੇ ਤੱਕ ਸਾਨੂੰ ਪਰਮਾਤਮਾ ਦੀ ਵੱਡੀ ਮਿਹਰ ਆ ਹੁਣ ਤੱਕ ਨਿਰੰਤਰ ਗਾਉਂਦੇ ਆ ਰਹੇ ਹਾਂ। ਅੱਛਾ ਜਿੱਥੇ ਤੱਕ ਤੁਸੀਂ ਆਪਣੇ ਉਸਤਾਦ ਜੀ ਦਾ ਜ਼ਿਕਰ ਕਰਦੇ ਵੀ ਉਹਨਾਂ ਨਾਲ ਹੀ ਗਾਉਂਦੇ ਆ ਰਹੇ ਆ ਦਰਸ਼ਨ ਸਿੰਘ ਜੀ ਧਨੌਲਾ, ਆਪਾਂ ਆਪਣੇ ਕੋਲ ਮੌਜੂਦ ਨੇ ਵੀ ਆਪਾਂ ਸੰਗਤਾਂ ਨੂੰ ਤੁਹਾਡੇ ਜਿਹੜੇ ਉਸਤਾਦ ਨੇ ਉਹਨਾਂ ਦੇ ਵੀ ਦਰਸ਼ਨ ਕਰਵਾਈਏ ਵੀ ਉਹ ਮਹਾਨ ਸ਼ਖਸੀਅਤ ਨੇ ਜਿਹਨਾਂ ਨੇ ਆਹ ਤਿੰਨ ਹੀਰੇ ਤਰਾਸ ਕੇ ਆਹ ਦੁਨੀਆਂ ਦੀ ਝੋਲੀ ਪਾਏ ਨੇ। ਮੈਂ ਬੇਨਤੀ ਕਰੂੰ ਆਪਾਂ ਉਹਨਾਂ ਨੂੰ ਵੀ ਦਰਸ਼ਕਾਂ ਦੇ ਰੂਬਰੂ ਕਰੀਏ। ਸਾਡੇ ਨਾਲ ਪਾਠਕ ਬ੍ਰਦਰ ਜਿਹੜੇ ਧਨੌਲੇ ਵਾਲੇ ਨੇ ਉਹਨਾਂ ਦੇ ਉਸਤਾਦ ਜੀ ਮੌਜੂਦ ਨੇ, ਦਰਸ਼ਨ ਸਿੰਘ ਜੀ ਧਨੌਲਾ। ਮਹਾਰਾਜ ਜੀ ਤੁਹਾਡਾ ਵੀ ਅਸੀਂ ਸਵਾਗਤ ਕਰਦੇ ਹਾਂ, ਫਤਿਹ ਅਰਜ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਬਾਈ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਜਿਹੜੇ ਤੁਹਾਡੇ ਗੁਰੂ ਨੇ, ਤੁਸੀਂ ਕਵੀਸ਼ੀ ਦੇ ਵਿੱਚ ਆਇਆ, ਤੁਹਾਡੇ ਗੁਰੂ ਕੌਣ ਨੇ? ਸ਼ਿਵਤਾ ਦਾਸ ਜੀ ਮਹਾਰਾਜ, ਸੇਖੂ ਵਾਲੇ, ਸੇਖੂ ਵਾਸਾ ਜੀ। ਅੱਛਾ ਜੀ ਤੁਸੀਂ ਫਿਰ ਕਵੀਸ਼ੀ ਦਾ ਸਫ਼ਰ ਕਿੱਥੋਂ ਸ਼ੁਰੂ ਕਰਿਆ? ਅਸੀਂ ਗਏ ਸੀ ਨੈਣਾ ਦੇਵੀ ਜੀ ਮੇਲੇ 'ਤੇ ਜੀ, ਉੱਥੇ ਲੌਂਗੋਵਾਲੀਆ ਜੱਸਾ ਜੀ ਨਰਸੀ ਭਗਤ ਨੂੰ ਗਾ ਰਿਹਾ ਸੀ ਜੀ। ਸਾਡੇ ਮਨ ਦੇ ਵਿੱਚ ਵੀ ਦੋ ਬੰਦਿਆਂ ਦੇ ਚੌਂ ਉੱਠਿਆ ਜੀ ਕਿ ਆਪਾਂ ਵੀ ਇਹ ਗਾਉਣ ਸਿੱਖੀਏ ਯਾਰ, ਲੋਕ ਦੇਖਦੇ ਆ ਇਹਨਾਂ ਨੂੰ ਜੀ। ਸੋ ਅਸੀਂ ਪਿੰਡ ਆ ਕੇ ਇੱਥੇ ਇੱਕ ਜੀ ਸਾਡੀ ਭਾਗਤ ਸਿੰਘ ਜੋਸ਼ੀ ਜੀ ਥੋੜ੍ਹੀ ਥੋੜ੍ਹੀ ਕਵਿਤਾ ਬਾਰੇ ਉਹਨਾਂ ਨੂੰ ਗਿਆਨ ਸੀ ਜੀ, ਉਹਨਾਂ ਨੂੰ ਅਸੀਂ ਚਾਰ ਬੰਦਿਆਂ ਨੇ ਗੁਰੂ ਧਾਰਿਆ ਜੀ। ਦੋ ਬੰਦੇ ਬਲਦੇ ਗਏ, ਦੋ ਬੰਦੇ ਧਨੌਲੇ ਤੋਂ ਜੀ। ਉਹਨਾਂ ਨੂੰ ਗੁਰੂ ਧਾਰਨ ਉਪਰੰਤ ਜਿਹੜੀ ਆ ਲਿਖਾਈ ਲਿਖਾਰੀ ਜਾਂ ਪਿੰਗਲ ਦੀਆਂ ਬਰੀਕੀਆਂ ਜੀ ਉਹ ਉਹਨਾਂ ਨੂੰ ਆਉਂਦੀਆਂ ਨਹੀਂ ਸੀ ਜੀ। ਇਸ ਕਰਕੇ ਫਿਰ ਮਹੰਤ ਸ਼ਿਵਤਾ ਦਾਸ ਜੀ ਮਹਾਰਾਜ ਜੀ ਸ਼ਰਨ ਵਿੱਚ ਜਾਣਾ ਪਿਆ ਜੀ। ਇਹ ਪਿੰਗਲ ਦੀਆਂ ਬਰੀਕੀਆਂ ਅਤੇ ਲਿਖਣ ਦੀ ਸਮੱਗਰੀ ਜਿੰਨੀ ਸੀ ਜੀ ਉਹ ਸਾਰੀ ਉਹਨਾਂ ਨੇ ਸਮਝਾਈ ਜੀ, ਅਤੇ ਨਾਲ ਉਹ ਬੋਲਦੇ ਹੁੰਦੇ ਸੀ ਕਵਿਤਾ ਲਿਖਣੀ ਸਿਉਣਾ ਘੜਨਾ ਤਰਨ ਦਰਿਆਵਾਂ ਦਾ ਭਾਗ ਬਿਨਾਂ ਨਾ ਮਿਲੇ ਮਰਤਬਾ ਤਿੰਨੇ ਥਾਵਾਂ ਦਾ। ਕਹਿੰਦੇ ਤਿੰਨੇ ਥਾਵਾਂ ਦਾ ਮਰਤਬਾ ਜਿਹੜਾ ਹਰੇਕ ਬੰਦੇ ਦੇ ਮਸਤਕ ਦੇ ਵਿੱਚ ਲਿਖਿਆ ਨਹੀਂ ਹੈ ਜੀ, ਉਹ ਭਗਵਾਨ ਦਾ ਲਿਖਿਆ ਹੋਇਆ ਸੀਗਾ ਜੀ। ਬੜੇ ਜਸਿਆਂ ਨਾਲ ਗਾਇਆ, ਬੜੇ ਜਸੇ ਬਣਾ ਕੇ ਤੋਰੇ ਜੀ, ਹਰੀ ਸਿੰਘ ਮਾਨ ਤੋਂ ਲਾ ਕੇ ਹੋਰ ਅਨੇਕਾਂ ਜਸੇ ਜੀ ਸਭ। ਜਦੋਂ ਕਿਉਂਕਿ ਉਹ ਤੁਹਾਡੀ ਵਾਲੀ ਗੱਲ ਵਿੱਚ ਆ ਜਾਂਦੀ ਜੀ ਕਿ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਹੋਇਆ ਜੀ ਜੀ ਜੀ, ਉਹ ਪ੍ਰੋਬਲਮ ਉੱਥੇ ਆ ਜਾਂਦੀ ਸੀ ਜੀ ਉਹ ਜਦੋਂ ਫੇਰਾ ਫੇਰੀ ਕਰ ਜਾਂਦੇ ਫਿਰ ਛੱਡ ਕੇ ਭੱਜਣਾ ਪੈਂਦਾ। ਠੀਕ ਹੈ ਜੀ। ਇਹਨਾਂ ਬੱਚਿਆਂ ਨਾਲ ਜੀ ਚਾਹੇ ਇਹ ਹੋਣ ਚਾਹੇ ਮੈਂ ਹੋਵਾਂ ਸਟੇਜ 'ਤੇ ਜੀ, ਅੱਜ ਤੱਕ ਨਾ ਤਾਂ ਸਾਡੀ ਕੋਈ ਇਹੋ ਜਿਹੀ ਹੇਰਾ ਫੇਰੀ ਹੋਈ ਹੈ ਅਤੇ ਨਾ ਸਾਡੀ ਟੁੱਟਣ ਦੀ ਨੌਬਤ ਆਈ ਹੈ ਜੀ। ਜਾਂ ਤਾਂ ਉਲਟ ਕਰ ਜਾਂਦੇ ਦੂਜੇ ਪਾਸੇ ਜੀ, ਸਾਨੂੰ ਤੁਹਾਨੂੰ ਪਤਾ ਹੀ ਹੈ ਜਨਾਨੀ ਬਾਜੀ ਜੀ ਵੱਡੇ ਵੱਡੇ ਮੇਲਿਆਂ 'ਚ ਜੀ, ਅਤੇ ਜਾਂ ਪੈਸਾ ਦੀ ਹੇਰਾ ਫੇਰੀ ਜੀ। ਇਹ ਦੋ ਗੱਲਾਂ ਮਹਾਂ ਜੀ ਆ ਦੱਸਿਆ ਹੋਇਆ ਮੈਂ ਚੱਲਦਾ ਨਹੀਂ ਹਾਂ ਜੀ, ਵੀ ਮੈਂ ਇੱਕ ਤਾਂ ਇਸ਼ਕ ਮਜਾਜੀ ਕਰਨੀ ਦੇਣੀ ਜੀ, ਦੂਜਾ ਹੇਰਾ ਫੇਰੀ ਨਹੀਂ ਕਰਨੀ ਜੀ। ਜੇ 2 ਰੁਪਏ ਨੇ ਤਾਂ ਉਹ 2 ਵੀ 6 ਡੂਢ ਰੁਪਿਆ ਤੁਹਾਡਾ ਸੈਨੀ ਮੇਰੀ ਹੈ ਜੀ, ਕਿਉਂਕਿ ਇਹੀ ਗੱਲ ਜਦੋਂ ਮੈਂ ਰਲਿਆ ਇਹਨਾਂ ਨਾਲ ਜੀ ਜੀ, ਇਹ ਕਹਿੰਦੇ ਤੁਹਾਨੂੰ ਸਾਰੇ ਪੈਸੇ ਦੇਵਾਂਗੇ ਮੈਂ ਕਿਸੇ ਹੋਰ ਨੂੰ ਭਾਲੋ ਜੀ, ਮੈਂ ਇੱਕ ਵਿਸ਼ੇ ਇਸ ਕਰਕੇ ਨਹੀਂ ਕਰਦਾ ਜੀ। ਮੇਰਾ ਇੱਕ ਅਸੂਲ ਹੈ ਜੀ ਵੀ ਜ਼ਿੰਦਗੀ 'ਚ ਜਿਹੜੇ ਬੰਦੇ ਨੂੰ ਵੀ ਤਰਾਸ਼ਿਆ ਜਾਵੇ ਜੀ ਉਹਨੂੰ ਗਾਹਾਂ 4 ਬੰਦੇ ਹੋਰ ਵੀ ਉਹਦੀ ਸਹਾਇਤਾ ਕਰਨ, ਸਿਫਤ ਕਰਨ ਜੀ। ਸੋ ਇਹ ਗੱਲਾਂ ਜਿਹੜੀਆਂ ਕਵਿਤਾ ਜਾਂ ਕਵਿਸ਼ਰੀ ਆ ਜੀ ਬਹੁਤ ਲੰਬੀ ਚੌੜੀ ਆ ਇਹ ਬਿਲਕੁਲ ਕਥਾ, ਕਿਉਂਕਿ 3 ਯੁੱਗ ਤੋਂ ਚੱਲੀ ਹੈ ਇਹ ਕਵਿਸ਼ਰੀ ਜੀ। ਲਹੂ ਕੁਸ਼ੂ ਨੂੰ ਸਿਖਾਈ ਹੈ ਰਿਸ਼ੀ ਵਾਲਮੀਕਿ ਜੀ ਨੇ ਜੀ, ਉਹਨਾਂ ਨੇ ਰਾਮ ਦਰਬਾਰ ਦੇ ਵਿੱਚ ਗਾਈ ਹੈ ਜੀ। ਇਹ ਉਦੋਂ ਤੋਂ ਲੈ ਕੇ 3 ਯੁੱਗ ਤੋਂ ਲੈ ਕੇ ਜੀ ਅੱਜ ਤੱਕ ਕਲਯੁੱਗ ਦੇ ਵਿੱਚ ਪ੍ਰਫੁੱਲਿਤ ਹੋ ਰਹੀ ਹੈ। ਹੁਣ ਲੋਕ ਕਹਿੰਦੇ ਨੇ DJ ਵਾਲੇ ਆ ਗਏ ਜੀ, ਆਹ ਆ ਗਏ ਜੀ, ਪਰ ਨਹੀਂ ਸਾਡੇ ਜਸੇ 'ਤੇ ਉਹਨਾਂ ਦਾ ਕੋਈ ਅਸਰ ਨਹੀਂ ਪਿਆ ਜੀ, ਕਿਉਂਕਿ ਅਸੀਂ ਹਾਂ ਜਿਵੇਂ ਹੁਣ ਕਹਿੰਦੇ ਨੇ ਬਾਪੂ ਜੀ ਵਿੱਚ ਵੀ ਲੋਕੀ ਹੈ ਕਵੀਸ਼ਰੀ ਦਾ ਸਫ਼ਰ ਘੱਟ ਗਿਆ ਜੀ, ਦੌਰ ਘੱਟ ਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਬਿਲਕੁਲ ਨਹੀਂ ਘਟਿਆ ਜੀ ਜੀ, ਉਹ ਘਟਿਆ ਘਟੀਆਂ ਸੋਚਾਂ ਵਾਲਿਆਂ ਨੇ ਜੀ, ਜਿਨ੍ਹਾਂ ਦੀ ਸੋਚ ਹੀ ਘਟੀ ਹੈ ਜੀ। ਅਸੀਂ ਤਕਰੀਬਨ ਮੇਰਾ ਖਿਆਲ ਹੈ 4 ਸਟੇਟਾਂ 'ਚ ਜੀ ਵਿਆਹ ਦੇ ਪ੍ਰੋਗਰਾਮ ਲਾ ਕੇ ਆਏ ਜੀ, ਇੱਥੋਂ ਕਨੇਡਾ ਸੋਚੀ ਉਹ ਲਾਇਆ ਆਪਣੇ ਭੁੱਚੋ ਮੰਡੀ ਜੀ, ਅਤੇ ਹਰਿਆਣੇ 'ਚ ਰਾਜਸਥਾਨ 'ਚ ਜੀ ਵਿਆਹਾਂ 'ਚ ਹੀ ਬੁਲਾਉਂਦੇ ਆ। ਜਿਵੇਂ ਜਿਹੜੀ ਦੀ ਇੱਕ ਮੰਨ ਲਓ ਹੁਣ ਜਿਵੇਂ ਇੱਕ ਵਿਆਹ ਦਾ ਪ੍ਰੋਗਰਾਮ ਹੁੰਦਾ, ਇੱਕ ਆਪਣੀ ਜਿਹੜੀ ਧਾਰਮਿਕ ਸਟੇਜ ਦਾ ਪ੍ਰੋਗਰਾਮ ਹੁੰਦਾ, ਇੱਕ ਸਨਾਤਨ ਸਟੇਜ ਦਾ ਪ੍ਰੋਗਰਾਮ ਹੁੰਦਾ, ਕਿਹੋ ਜਿਹਾ ਪਿਆਰ ਲੋਕੀ ਦਿੰਦੇ ਨੇ ਵਿਆਹਾਂ ਦੇ ਵਿੱਚ ਵੀ? ਵਿਆਹਾਂ ਦੇ ਵਿੱਚ ਵੀ ਬਹੁਤ ਗਜ਼ਬ ਦਾ ਜੀ, ਜਿਵੇਂ ਤੁਸੀਂ ਤਾਂ ਪੁਰਾਣੇ ਹੋ, ਪੁਰਾਣੇ ਜਿਵੇਂ ਸਿਵ ਦਿੱਤਾ ਕਦਾ, ਜਿੰਨਾ ਵੀ ਕਹਿ ਦਿਓ ਓਨੇ ਮਾਣ ਸਤਿਕਾਰ ਦਿੰਦੇ ਆ ਲੋਕ। ਬਠਿੰਡੇ ਜਿਹੜਾ ਵਿਆਹ ਹੋਇਆ ਸੀਗਾ, ਕੁੜੀ ਵੀ ਕਨੇਡਾ ਤੋਂ ਆਈ ਸੀ, ਮੁੰਡਾ ਵੀ ਕਨੇਡਾ ਤੋਂ ਜੀ। ਪਹਿਲਾ ਪ੍ਰੋਗਰਾਮ ਸਾਡਾ ਸੀ ਮਗਰੋਂ ਨਗੋਜਿਆਂ ਵਾਲਿਆਂ ਦਾ ਜੀ, ਆਹ DJ ਤੋਂ ਨਹੀਂ ਲੱਗਣੇ ਸੀ ਜੀ, ਜਾਂ ਲੋਕ ਬੋਲੀਆਂ ਜੀ, ਇਹ 3 ਪ੍ਰੋਗਰਾਮ ਰੱਖੇ ਸੀ। ਇਹੀ ਪ੍ਰੋਗਰਾਮ ਜਿੱਥੇ ਅਸੀਂ ਜਾਂਦੇ ਹਾਂ, ਇਹ 2-3 ਹੀ ਹੁੰਦੇ ਆ, ਘਾਬ ਜੀ ਗਏ ਉੱਥੇ ਵੀ ਇਹੀ ਪ੍ਰੋਗਰਾਮ ਸੀ ਜੀ, ਵੀ ਤੁਹਾਡਾ ਕੱਲਿਆਂ ਦੀ ਆਹ DJ ਢੱਪਟਾ ਅਸੀਂ ਨਹੀਂ ਕਰਨਾ ਜੀ। ਸੋ ਅਸੀਂ ਸਮਝਦੇ ਹਾਂ ਜੀ ਕਿ ਜਿਵੇਂ ਹੁਣ ਅਸੀਂ ਆਪਣੇ ਖਿਆਲ ਮੁਤਾਬਕ ਰੋਜ਼ਾਨਾ ਹੀ ਨਵੀਂ ਕੋਈ ਨਾ ਕੋਈ ਨਵੀਂ ਗੱਲ
ਜਿਵੇਂ ਹੁਣ ਚੱਲ ਰਹੇ ਨੇ ਧਰਨੇ ਜੀ, ਧਰਨਿਆਂ ਦੇ ਵਿੱਚ ਵੀ ਉਹੀ ਆਵਾਜ਼ ਉਹੀ ਗੱਲ ਜੀ ਜਾ ਕੇ ਅਸੀਂ ਲੋਕਾਂ ਦੇ ਵਿੱਚ ਕਰਦੇ ਹਾਂ ਜੀ, ਤਾਂ ਬੜੇ ਲੋਕ ਸਾਨੂੰ ਪਸੰਦ ਕਰਦੇ ਆ, ਬੜਾ ਪਿਆਰ ਦਿੰਦੇ ਆ, ਬੜੇ ਸਤਿਕਾਰ ਦਿੰਦੇ ਆ। ਜਿਵੇਂ ਮੈਨੂੰ ਪ੍ਰੀਤ ਜੀ ਨੇ ਦੱਸਿਆ ਸੀ ਤੁਸੀਂ ਕਵਿਤਾਵਾਂ ਵੀ ਰਚਨਾਵਾਂ ਵੀ ਲਿਖਦੇ ਹੋ, ਬਹੁਤ ਰਚਨਾਵਾਂ ਲਿਖੀਆਂ, ਤੇ ਕੋਈ ਇਤਿਹਾਸ ਵਗੈਰਾ ਕਿੰਨੇ ਕੁ ਰਚਨਾਵਾਂ ਹੁਣ ਤੱਕ ਤੁਸੀਂ ਲਿਖ ਚੁੱਕੇ ਹੋ? ਮੇਰਾ ਖਿਆਲ ਹੈ ਜੀ ਗਿਣਤੀ ਤੋਂ ਬਾਹਰ ਹੀ ਨੇ ਜੀ, ਆਮ ਜੀ ਗਿਣੋ ਤਾਂ 42-43 ਇਤਿਹਾਸ ਜੀ ਅੱਜ ਤੱਕ। ਫਿਰ ਇਹ ਸਨਾਤਨ ਮਤ ਨਾਲ ਸੰਬੰਧ ਲਿਖੇ ਨੇ, ਸਿੱਖ ਇਤਿਹਾਸ ਨਾਲ ਲਿਖੇ ਨੇ ਜਾਂ ਸਨਾਤਨ ਵੀ ਹੈ, ਸਨਾਤਨ ਵੀ ਹੈ, ਸਿੱਖ ਇਤਿਹਾਸ ਵੀ ਹੈ ਜੀ, ਅਤੇ ਇਸਲਾਮ ਵੀ ਹੈ ਜੀ, ਤਿੰਨੇ ਉਹਨਾਂ 'ਚ ਲਿਖਿਆ ਹੋਇਆ ਜੀ। ਇਸਲਾਮ ਦੇ ਵਿੱਚ ਦਹੂਦ ਬਾਦਸ਼ਾਹ ਜੀ, ਅਤੇ ਸਨਾਤਨ ਧਰਮ ਦੇ ਵਿੱਚ ਮਹਾਭਾਰਤ ਜੀ, ਦਰੋਪਦੀ ਸਵੰਬਰ ਜੀ, ਕਰਨ ਦਾ ਜੰਗ ਜੀ, ਹੋਰ ਅਨੇਕਾਂ ਕਿੱਸੇ ਜੀ। ਇਸਲਾਮ ਦੇ ਵਿੱਚ ਦਹੂਦ ਬਾਦਸ਼ਾਹ ਤੋਂ ਉਹਨੂੰ ਦੱਸ ਹੀ ਦਿੱਤਾ ਜੀ ਜੀ ਜੀ। ਅਤੇ ਸਿੱਖ ਇਤਿਹਾਸ ਦੇ ਵਿੱਚ ਬੀਬੀ ਪ੍ਰੇਮ ਕੌਰ, ਛੇਵੇਂ ਪਾਤਸ਼ਾਹ ਦਾ ਮਹਾਰਾਜ ਦਾ ਜੰਗ ਜੀ, ਜੰਗ ਚਮਕੌਰ ਜੀ, ਅਤੇ ਹੋਰ ਅਨੇਕਾਂ, ਪੀਰ ਬੁੱਧੂ ਸ਼ਾਹ ਜੀ ਜਿੱਥੋਂ ਗੁਰੂ ਸਾਹਿਬ ਆਏ ਨੇ ਉਹਦੇ ਕੋਲ, ਉਹ ਪ੍ਰਸੰਗ ਇਹ ਸਾਰੇ ਸਿੱਖ ਇਤਿਹਾਸ ਦੇ ਵਿੱਚੋਂ ਲਿਖੇ ਹੋਏ ਨੇ। ਜਾਣੇ ਜਿਹੋ ਜਿਹੀ ਕੋਈ ਮੰਗ ਰੱਖ ਕੇ ਸਾਨੂੰ ਬੁਲਾਉਂਦਾ ਜੀ, ਅਸੀਂ ਉਹੀ ਮੰਗ ਲੈ ਕੇ ਉਸ ਸਟੇਜ 'ਤੇ ਪਹੁੰਚਦੇ ਹਾਂ ਜੀ। ਸੋ ਲੋਕ ਸਾਡਾ ਬਹੁਤ ਮਾਣ ਸਤਿਕਾਰ ਕਰਦੇ ਆ, ਬਹੁਤ ਬਹੁਤ ਧੰਨਵਾਦ ਕਰਦੇ ਬਾਪੂ ਜੀ, ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਦਾ ਜਿਹੜਾ ਜ਼ਿਕਰ ਸਾਂਝਾ ਕਰਿਆ, ਸਾਨੂੰ ਬਹੁਤ ਕਵੀਸ਼ਰੀ ਦੇ ਬਰੀਕੀਆਂ ਬਾਰੇ ਵੀ ਅਤੇ ਆਪਣੇ ਜੀਵਨ ਦੀਆਂ ਨੌਲੇਜ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਤੁਸੀਂ ਧੰਨਵਾਦ ਕਰ। ਜਿਵੇਂ ਕਿ ਪ੍ਰੀਤ ਜੀ ਆਪਾਂ ਗੱਲ ਕਰੀਏ ਵੀ ਤੁਸੀਂ ਹਰ ਇੱਕ ਮੁੱਦੇ ਨੂੰ ਲੈ ਕੇ, ਹੁਣ ਉਸਤਾਦ ਜੀ ਵੀ ਤੁਹਾਡੇ ਦੱਸਦੇ ਸੀ ਵੀ ਜਿਹੋ ਜਿਹੀ ਕੋਈ ਮੰਗ ਕਰਦਾ ਉਹੋ ਜਿਹੀ ਕਵਿਤਾ ਅਸੀਂ ਸਰੋਤਿਆਂ ਦੀ ਝੋਲੀ ਪਾਉਂਦੇ ਹਾਂ। ਹਰ ਇੱਕ ਮੁੱਦੇ ਤੱਕ ਦੀ ਆਪਾਂ ਗੱਲ ਵੇਖੀਏ, ਕੋਈ ਵੀ ਪੰਜਾਬ ਵਿੱਚ ਮੁੱਦਾ, ਕੋਈ ਆਪਣੇ ਭਾਰਤ ਮੁੱਦਾ ਜਿਹੜਾ ਖੜਾ ਹੁੰਦਾ, ਉਹਦੇ 'ਤੇ ਤੁਸੀਂ ਕਵਿਤਾ ਗਾਉਂਦੇ ਹੋ। ਜਿਵੇਂ ਹੁਣ ਆਪਣਾ ਦੌਰ ਲਾ ਲਓ ਵੀ ਅੱਜ ਕਿਸਾਨੀ ਦਾ ਦੌਰ ਚੱਲ ਰਿਹਾ, ਅਤੇ ਇਹਦੇ 'ਤੇ ਫਿਰ ਤੁਸੀਂ ਕੀ ਕਹੋਗੇ? ਤਕਰੀਬਨ 1.5 ਮਹੀਨੇ ਤੋਂ ਕਿਸਾਨ ਸਾਡਾ ਅੰਨਦਾਤਾ ਸੜਕਾਂ 'ਤੇ ਰੁਲਦਾ ਗਾ, ਅਸੀਂ ਉਦੇ ਤੋਂ ਹੀ ਧਰਨਿਆਂ ਦੇ ਵਿੱਚ ਜੀ ਹਾਜ਼ਰੀ ਲਵਾਉਂਦੇ ਆਉਂਦੇ ਹਾਂ, ਘੱਟੋ ਘੱਟ 5-5, 4-4 ਧਰਨਿਆਂ ਦੇ ਵਿੱਚ ਅਸੀਂ ਹਾਜ਼ਰੀ ਲਵਾਉਂਦੇ ਹਾਂ ਡੇਲੀ, ਅਤੇ ਉਸ ਸਮੇਂ ਦੇ ਮੁਤਾਬਕ ਹੀ ਅਸੀਂ ਕਵਿਤਾਵਾਂ ਲਿਖ ਕੇ ਉਸ ਸਰਕਾਰਾਂ ਨੂੰ ਲਾਹਨਤ ਵੀ ਪਾਈ ਹੈ ਜੀ ਵੀ ਜਿਹੜੇ ਇੱਕ ਅੰਨਦਾਤੇ ਨੂੰ ਰੋਲ ਰਹੇ ਨੇ ਸੜਕਾਂ 'ਤੇ। ਸਾਡੀ ਮੌਜੂਦਾ ਜਿਹੜੀ ਕਮਿਸ਼ਰੀ ਹੁਣ ਫੇਮਸ ਹੋਈ ਵੀ ਹੈ ਕਾਫੀ, ਜਿਹੜੀ ਪਸੰਦ ਕੀਤੀ ਜਾ ਰਹੀ ਹੈ ਦਿੱਲੀ ਏ ਪੰਜਾਬ ਛੇੜ ਕੇ ਜੀ, ਅਸੀਂ ਉਹ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹੋ ਸਮਝੀ ਨਾ ਸਾਨੂੰ ਕਿਸੇ ਮੀਰ ਦਿੱਲੀਏ, ਨੀ ਦੇਵਾਂਗੇ ਵਿਚਾਲੋਂ ਤੈਨੂੰ ਚੀਰ ਦਿੱਲੀਏ, ਸਮਝੀ ਨਾ ਸਾਨੂੰ ਕਸ਼ਮੀਰ ਦਿੱਲੀਏ, ਨੀ ਦੇਵਾਂਗੇ ਵਿਚਾਲੋਂ ਤੈਨੂੰ ਚੀਰ ਦਿੱਲੀਏ, ਸੁੱਤਾ ਪਿਆ ਸ਼ੇਰ ਨਾ ਜਗਾ ਲਈ ਨੀ ਐਵੇਂ ਅਣਖਾਂ ਨੂੰ ਛੇੜ ਕੇ, ਹੱਥ ਮਾਰ ਕੇ ਮੱਥੇ ਦੇ ਉੱਤੇ ਰੋਵੇਂ ਗੀੜ ਦਿੱਲੀਏ ਪੰਜਾਬ ਛੇੜ ਕੇ, ਹੱਥ ਮਾਰ ਕੇ ਮੱਥੇ ਦੇ ਉੱਤੇ ਰੋਵੇਂ ਗੀੜ ਦਿੱਲੀਏ ਪੰਜਾਬ ਛੇੜ ਕੇ, ਮੁਗਲ ਮਰਾਠੇ ਅੰਗਰੇਜ਼ ਆ ਕੇ ਤੁਰ ਗਏ, ਕਹਿੰਦੇ ਜੋ ਕਹਾਉਂਦੇ ਇੱਥੋਂ ਕੋਟੇ ਖਾ ਕੇ ਮੁੜ ਗਏ, ਮੁਗਲ ਮਰਾਠੇ ਅੰਗਰੇਜ਼ ਆ ਕੇ ਤੁਰ ਗਏ, ਕਹਿੰਦੇ ਜੋ ਕਹਾਉਂਦੇ ਇੱਥੋਂ ਕੁੱਟ ਖਾ ਕੇ ਮੁੜ ਗਏ, ਅਸੀਂ ਕੱਢਾਂਗੇ ਜਲੂਸ ਤੇਰਾ ਦਿੱਲੀਏ ਨੀ ਮੂੰਹ ਤੇ ਕਾਲਖ ਲਵੇੜ ਕੇ, ਹੱਥ ਮਾਰ ਕੇ ਮੱਥੇ ਦੇ ਉੱਤੇ ਰੋਵੇਂ ਗੀਣ ਦਿੱਲੀਏ ਪੰਜਾਬ ਛੇੜ ਕੇ, ਹੱਥ ਮਾਰ ਕੇ ਮੱਥੇ ਦੇ ਉੱਤੇ ਰੋਵੇਂ ਗੀਣ ਦਿੱਲੀਏ ਪੰਜਾਬ ਛੇੜ ਕੇ, ਨਲੂਆ ਤੇ ਬੰਦਾ ਬੈਠ ਪੜ ਲੀ ਸਰਾਬੇ ਨੂੰ, ਮਾੜਾ ਨਾ ਤੂੰ ਜਾਣੀ ਮਾਝੇ ਮਾਲਵੇ ਦੁਆਬੇ ਨੂੰ, ਨਲੂਆ ਤੇ ਬੰਦਾ ਪੜ ਲਈ ਤੂੰ ਸਰਾਬੇ ਨੂੰ, ਮਾੜਾ ਨਾ ਤੂੰ ਜਾਣੀ ਮਾਝੇ ਮਾਲਵੇ ਦੁਆਬੇ ਨੂੰ, ਗੁੱਸਾ ਨਾ ਦਵਾ ਦੀ ਸਾਨੂੰ ਦਿੱਲੀਏ 84-47 ਦੇੜ ਕੇ, ਹੱਥ ਮਾਰ ਕੇ ਮੱਥੇ ਦੇ ਉੱਤੇ ਰੋਵੇਂ ਗੀਣ ਦਿੱਲੀਏ ਪੰਜਾਬ ਛੇੜ ਕੇ, ਹੱਥ ਮਾਰ ਕੇ ਮੱਥੇ ਦੇ ਉੱਤੇ ਰੋਵੇਂ ਗੀਣ ਦਿੱਲੀਏ ਪੰਜਾਬ ਛੇੜ ਕੇ, ਆਠ ਕੇ ਤਾਂ ਤਲੀ ਉੱਤੇ ਧਰੀ ਫਿਰਦੇ, ਹੱਥਾਂ ਵਿੱਚ ਹਰੇ ਝੰਡੇ ਫੜੀ ਫਿਰਦੇ, ਆਠ ਕੇ ਤਾਂ ਤਲੀ ਉੱਤੇ ਧਰੀ ਫਿਰਦੇ, ਹੱਥਾਂ ਵਿੱਚ ਹਰੇ ਝੰਡੇ ਫੜੀ ਫਿਰਦੇ, ਪਤਾ ਤਿੰਨਾਂ ਭਾਈਆਂ ਨੂੰ ਇਹ ਜੰਗ ਨਹੀਂ ਉਹ ਜਿੱਤੀ ਜਾਣੀ ਮਾਲਾ ਫੇਰ ਕੇ, ਹੱਥ ਮਾਰ ਕੇ ਮੱਥੇ ਦੇ ਉੱਤੇ ਰੋਵੇਂ ਗੀਣ ਦਿੱਲੀਏ ਪੰਜਾਬ ਛੇੜ ਕੇ, ਹੱਥ ਮਾਰ ਕੇ ਮੱਥੇ ਦੇ ਉੱਤੇ ਰੋਵੇਂ ਗੀਣ ਦਿੱਲੀਏ ਪੰਜਾਬ ਛੇੜ ਕੇ। ਵਾਹ ਜੀ ਵਾਹ। ਜਿੱਥੋਂ ਤੱਕ ਆਪਾਂ ਜੀ ਗੱਲ ਕਰੀਏ, ਜਿਵੇਂ ਤੁਹਾਡੇ ਉਸਤਾਦ ਜੀ ਨੇ ਵੀ ਜ਼ਿਕਰ ਕਰਿਆ ਵੀ ਅਸੀਂ ਹੁਣ ਬਰਾਤਾਂ ਦੇ ਵਿੱਚ ਵੀ ਗਾਉਣ ਜਾਂਦੇ ਹਾਂ, ਵਿਆਹਾਂ ਦਾ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ, ਅਤੇ ਕੀ ਜਿਹੜੇ ਪਹਿਲਾਂ ਵਰਗੇ ਸਰੋਤੇ ਸੀ ਵਿਆਹਾਂ 'ਚ ਸੁਣਦੇ ਸੀ ਪੁਰਾਣੇ, ਆ ਤੁਸੀਂ ਤਾਂ ਪੁਰਾਣਾ ਦੌਰ ਵੇਖਿਆ, 95 ਵੇਲੇ ਉਹ ਦੌਰ ਸੀ ਵੀ ਜਦੋਂ ਕਮਿਸ਼ਨ ਲਿਆਉਂਦੇ ਹੁੰਦੇ ਸੀ ਬਰਾਤਾਂ, ਹਾਂਜੀ ਤੁਹਾਡੇ ਦਾਦਾ ਜੀ ਵੇਲੇ, ਅਤੇ ਅੱਜ ਕਿਹੋ ਜਿਹਾ ਮਾਹੌਲ ਹੁੰਦਾ ਬਰਾਤਾਂ 'ਚ, ਅਤੇ ਅੱਜ ਕੀ ਲੋਕ ਉਹੇ ਜਿਹੇ ਸਰੋਤੇ ਮਿਲਦੇ ਨੇ ਪਿਆਰ ਕਰਦੇ ਨੇ ਕਮਿਸ਼ਨ ਨੂੰ ਅੱਜ ਵੀ?
हाँ जी जे आप स्रोतों की गल करिए जी स्रोतों की कोई घाट नहीं हैगी जी थोड़े को जी चीज होनी चाहिए है स्रोतों की मेज नहीं होनी चाहिए जी जो तो स्रोते चीज मिलती है जी तो ऑटोमैटिकली स्रोते पैदा होंगे ने जी असं स्रोते नब्ज फटते हैं जी नब्ज फट के उही जी कविता उन्होंने जी मतलब परोसते हैं ता करके बहुत मतलब प्यार इस तरह के नौजवान जिहड़े आपां कहिंदे आ वी दूसरे नूं सुणदे ने बिल्कुल उह वी सानूं बहुत ज्यादा प्यार जी मतलब ब्याहां दे विच जी क्यों किसी अखाड़े दे विच असीं करदे आंगे जी तो उत्थे बहुत वधिया मान सम्मान वी करदे ने ते सानूं सुणदे वी जी पर तुहाडे कोल मतलब सुणाउण दा ढंग होना चाहीदा ते उही जी चीज़ होनी चाहीदी बिल्कुल क्योंकि जिहड़े पुरातन कविशरां दी गल करिए आपां उन्होंने चेंज नहीं करिया सी थोड़ी जिही नूं चेंज करके हैगी तां कविशरी है जी पर थोड़ी रंगता चेंज करके ठीक है समय के हाण की बना के चलते हैं जी जी ता करके सानू स्रोतों वालों वधिया प्यार मिलता है। अच्छा जिवें तुसी तिन्ने वीर अटो अड्डी अपना काम करते हो प्रोफेसर लगे तुसी इलैक्ट्रीशियन दे विच जिवें अलग अलग जॉब है तुहाडी फिर तुसी समा किवें दिंदे हो कविशरी नूं समा मतलब कढ़दे तां असीं भज दौड़न वाली है समा जी ते उस हिसाब नाल असीं प्रोग्राम जिवें अज तुहानूं समां दित्ता सीगा वो मतलब स्कूलों ये वीर दोनों स्कूलों आए सी जी मेरी ड्यूटी मतलब मैं आपदे अफसर नूं कह के आया हुण मेरी ड्यूटी चल रही है इस टाइम जी बी एन करके इंटरव्यू है वह भी साडा साथ दिंदे जी मेरे महकमे वाले भी मेरा साथ दिंदे ने क्योंकि इहदे नाल महकमे की भी चढ़ाई हुंदी है कि जदों असीं आपदे नगर वास्ते कुछ करदे आं आपदे पिंड वास्ते कुछ करदे आं तो संस्था वालों भी साडे ते माण है फखर हैगा जी ते भी ये चंगे काम वल तुरे पैण जी ਤਾਂ ਕਰਕੇ ਅਸੀਂ ਮਤਲਬ ਟਾਈਮ ਚੋਂ ਟਾਈਮ ਕੱਢ ਕੇ ਜੀ ਇਸ ਨੂੰ ਅਸੀਂ ਟਾਈਮ ਦਿੰਦੇ ਹਾਂ ਕਵਿਸ਼ਰੇ ਨੂੰ ਜੀ ਅਤੇ ਕਈ ਵਾਰ ਛੁੱਟੀਆਂ ਵੀ ਲੈਣੀਆਂ ਪੈਂਦੀਆਂ ਨੇਗੀਆਂ ਉਹ ਵੀ ਕਰਨਾ ਪੈਂਦਾ ਜੀ ਜੀ ਸਾਰੇ ਪ੍ਰੋਗਰਾਮ ਅਟੈਂਡ ਕਰਦੇ ਹਾਂ ਅਟੈਂਡ ਕਰਦੇ ਹਾਂ ਜੀ ਜੀ ਅੱਛਾ ਨਾਲ ਹੀ ਆਪਾਂ ਇੱਥੇ ਗੱਲ ਇੱਕ ਹੋਰ ਕਰ ਲਈਏ ਮੈਂ ਤੁਸੀਂ ਵਧਾਈ ਦੇ ਪਾਤਰ ਹੋ ਇਹ ਗੱਲ ਦੇ ਕਿ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਦਿਲੋਂ ਇਹ ਗੱਲ ਕਹਿਣਾ ਵੀ ਆਮ ਹੁਣ 27ਵਾਂ 28ਵਾਂ ਐਪੀਸੋਡ ਜਿਹੜਾ ਕਵਿਸ਼ਰੀ ਕਲਾ ਮੰਚ ਦਾ ਹੋ ਚੁੱਕਿਆ ਵੀ ਪ੍ਰੋਪਰ ਵਰਦੀ ਹੈ ਜਿਹੜੀ ਉਹ ਤੁਹਾਡੇ ਜੱਥੇ ਦੇ ਅੱਡ ਦੇਖ ਕੇ ਮੈਨੂੰ ਬਹੁਤ ਮੇਰਾ ਮਨ ਖੁਸ਼ ਹੋਇਆ ਵੀ ਜਿਹੜੀ ਵਰਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਟੇਜ ਦਾ ਜਿਹੜਾ ਵਿਹਾਰ ਹੈ ਜੱਥੇ ਦਾ ਲੋਕਾਂ ਪ੍ਰਤੀ ਕਿਹੋ ਜਿਹਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਲੋਕਾਂ ਪ੍ਰਤੀ ਸਟੇਜ ਦਾ ਜਿਹੜਾ ਵਿਹਾਰ ਆ ਵਧੀਆ ਹੋਣਾ ਚਾਹੀਦਾ ਜੀ ਡਿਸਿਪਲਿਨ ਦੇ ਵਿੱਚ ਹੋਣਾ ਚਾਹੀਦਾ ਅਤੇ ਸਾਡੇ ਕਮਿਸ਼ਨਰਾਂ ਨੂੰ ਵੀ ਹੈ ਵੀ ਪ੍ਰੋਪਰ ਡਰੈਸ ਦੇ ਵਿੱਚ ਜੀ ਤੁਸੀਂ ਜੱਥੇ ਮੁਤਾਬਕ ਕਈ ਵਾਰ ਮਤਲਬ ਸਿੰਗਲ ਬੰਦਾ ਜਾ ਕੇ ਖੜ ਜਾਂਦਾ ਉਹ ਵੀ ਕਹਿੰਦਾ ਮੈਂ ਜੱਥਾ ਗਾ ਦੋ ਜਣੇ ਖੜ ਜਾਂਦੇ ਉਹ ਵੀ ਕਹਿੰਦਾ ਮੈਂ ਜੱਥਾ ਜੀ ਪਰ ਜਿਹੜਾ ਪ੍ਰੋਪਰ ਜੱਥਾ ਉਹ 4 ਜਣਾਂ ਦਾ ਜਾਂ 3 ਜਣਾਂ ਦੀ ਵਧੀਆ ਲੱਗਦਾ ਬਿਲਕੁਲ ਜੀ ਉਹ ਵੀ ਡਰੈਸ ਦੇ ਵਿੱਚ ਹੋਣਾ ਅਤੇ ਗਾਹਾਂ ਸਰੋਤੇ ਨੇ ਜਿਹੜੇ ਉਹ ਵੀ ਮਤਲਬ ਢੰਗ ਨਾਲ ਜੀ ਜਿਹੜੀ ਕਹਾਣੀ ਚੱਲਦੀ ਹੈ ਉਸ ਨੂੰ ਪਿਆਰ ਨਾਲ ਬੈਠ ਕੇ ਸੁਣਨਾ ਅਤੇ ਅੱਗੇ ਆਪਦੇ ਬੱਚਿਆਂ ਨੂੰ ਵੀ ਸਿੱਖਿਆ ਦੇਣਾ ਅਤੇ ਪੰਜਾਬੀ ਨਾਲ ਜੋੜਨਾ ਇਸ ਮਤਲਬ ਸੱਭਿਆਚਾਰ ਨੂੰ ਜਿਹੜੇ ਨੂੰ ਗੰਧਲਾ ਕਰ ਰਹੇ ਨੇ ਸਾਡੇ ਲੋਕ ਉਹਨਾਂ ਨੂੰ ਉਹਨਾਂ ਬਾਰੇ ਦੱਸਣਾ ਵੀ ਇਹ ਸਾਡਾ ਪੁਰਾਤਨ ਸੱਭਿਆਚਾਰ ਹੈ ਇਹਦੇ ਨਾਲ ਅਸੀਂ ਜੁੜ ਕੇ ਰਹਾਂਗੇ ਤਾਂ ਅਸੀਂ ਆਪਦੀ ਜ਼ਮੀਨੀ ਨਾਲ ਜੁੜ ਕੇ ਰਹਾਂਗੇ ਜੀ ਜਿਵੇਂ ਹੁਣ ਆਪਣਾ ਪੰਜਾਬ ਹੈ ਜਿਹੜਾ ਅੱਜ ਦੇ ਹਾਲਾਤ ਹੋ ਰਹੇ ਨੇ ਜਾਂ ਪਹਿਲਾਂ ਹਾਲਾਤ ਹੋ ਗਏ ਜਾਂ ਜਿਹੜੇ ਅੱਗੇ ਹਾਲਾਤ ਆਉਣਗੇ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਮਹਾਨ ਪੰਜ ਦਰਿਆਵਾਂ ਨੂੰ ਪੰਜ ਆਪ ਕਹਿੰਦੇ ਨੇ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਦੇ ਜਿਹੜੇ ਹਾਲਾਤ ਸੀ ਉਹਨੂੰ ਪਹਿਲਾਂ ਵਰਗੇ ਨਹੀਂ ਰਹੇ ਹੁਣ ਪੰਜਾਬ ਦੇ ਹਾਲਾਤ ਦਿਨੋਂ ਦਿਨ ਤਬਦੀਲ ਹੁੰਦੇ ਜਾਂਦੇ ਨੇ ਇਹਦੇ ਵਿੱਚ ਆਪਾਂ ਆਪਣੀ ਚਾਹੇ ਗੌਰਮੈਂਟ ਦੀ ਚਾਹੇ ਜੋ ਵੀ ਆਪਾਂ ਲਾ ਲਈਏ ਜਾਂ ਆਪਣੀ ਜਨਰੇਸ਼ਨ ਦੀ ਜੋ ਵੀ ਗਲਤੀ ਆਪਾਂ ਕਹਿ ਲਈਏ ਤੇ ਇਹਦੇ ਵਿੱਚ ਤੁਸੀਂ ਕੋਈ 2-4 ਸ਼ਬਦ ਲਿਖੇ ਹੋਣ ਆਪਾਂ ਸਰੋਤਿਆਂ ਤੱਕ ਪਹੁੰਚਾਈਏ ਹਾਂਜੀ ਸਾਡੀ ਕਵਿਤਾ ਸੀਗੀ ਕਿਹੜੇ ਰਾਹੇ ਚੱਲਿਆ ਪੰਜਾਬ ਦੇ ਜੀ ਅਸੀਂ ਉਹਦੇ ਵਿੱਚ ਉਹ ਤੁਹਾਨੂੰ ਸੁਣਾਉਣੇ ਜੀ ਜ਼ਰੂਰ ਜੀ ਉਹ ਭੰਗੜੇ ਨਾ ਗਿੱਧੇ ਨਾ ਹੀ ਫੁਲਕਾਰੀਆਂ ਕਿੱਥੇ ਗਈਆਂ ਸਾਡੀਆਂ ਉਹ ਸਰਦਾਰੀਆਂ ਕਿੱਥੇ ਗਈਆਂ ਸਾਡੀਆਂ ਉਹ ਸਰਦਾਰੀਆਂ ਦਿਲਾਂ ਵਿੱਚ ਰਹਿ ਗਏ ਵਸ ਖਾਵ ਮਿੱਤਰੋ ਕਿਹੜੇ ਰਾਹੇ ਚੱਲੇ ਹੈ ਪੰਜਾਬ ਮਿੱਤਰੋ ਕਿਹੜੇ ਰਾਹੇ ਚੱਲੇ ਹੈ ਪੰਜਾਬ ਮਿੱਤਰੋ ਨਸ਼ਿਆਂ ਨੇ ਰੰਗਲੀ ਜਵਾਨੀ ਖਾ ਲਈ ਬਿਨਾਂ ਪੱਲੇ ਪੱਲੇ ਬਦਨਾਮੀ ਪਾ ਲਈ ਬਿਨਾਂ ਗੱਲੋਂ ਪੱਲੇ ਬਦਨਾਮੀ ਪਾ ਲਈ ਦੂਰੇ ਨਸ਼ਿਆਂ ਦੇ ਵਿੱਚ ਪੰਜ ਆਪ ਮਿੱਤਰੋ ਕਿਹੜੇ ਰਾਹੇ ਚੱਲੇ ਹੈ ਪੰਜਾਬ ਮਿੱਤਰੋ ਕਿਹੜੇ ਰਾਹੇ ਚੱਲੇ ਹੈ ਪੰਜਾਬ ਮਿੱਤਰੋ ਰਹਿੰਦਾ ਖੂੰਦਾ ਹੱਥ ਚ ਮੋਬਾਈਲ ਆ ਗਿਆ ਜਿਹੜਾ ਇਹ ਨਰੋਏ ਵਿਰਸੇ ਨੂੰ ਖਾ ਗਿਆ ਜਿਹੜਾ ਇਹ ਨਰੋਏ ਵਿਰਸੇ ਨੂੰ ਖਾ ਗਿਆ ਬਾਈ ਜੀ ਜੇ ਆਪਾਂ ਨਾਲ ਹੀ ਇੱਥੇ ਗੱਲ ਕਰੀਏ ਜਿਵੇਂ ਤੁਸੀਂ ਅੱਜ ਗਾਉਂਦੇ ਹੋ ਫਿਰ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਨੂੰ ਸ਼ੌਂਕ ਹੈ ਇਹਦੇ ਵਿੱਚ ਅੱਗੇ ਵੀ ਵਧਿਆ ਤੁਹਾਡੇ ਹਾਂਜੀ ਮੇਰਾ ਬੇਟਾ ਜੀ 11-12 ਸਾਲ ਦਾ ਹੋ ਗਿਆ ਉਹ ਜੀ ਜੀ
इन्नी रुचि है जी, इस चीज नूं लैके साडे नाल प्रोग्रामा ते वी उह मतलब रात रात तक जी जिद करके बाग जांदा, बाबा बाबे नूं बड़िया लैंदा उह जी, असीं कहिंदे विचार रात नूं कानूं उह करेगा तूं, बिलकुल जी, बाबे नूं बड़िया लैंदा, बाबा कहिंदा नहीं मेरा सारा नूं छोटा जिल्ला, फिर उह नाल लैके चलदे जांदे नी जी, उहनूं इन्ना शौक है जी वी उह धरनियां दे विच जी आ धरनियां दे विच वी कल्ला जाके हाजरी लवाउंदा है। वाह, प्रचारक हो जत्था भी चलाने गुरु जी नाल भी थोड़ा बड़ा प्यार लगाओ है, ते शैली तुसी किहो जी पसंद करदे हो? हां जी देखो शैली है जिहड़ी साडी जी शैली का मतलब स्टाइल ढंग जी की तरीका, क्योंकि हुण असीं देखिआगा भी जिहड़े मौजूदा समें दी गायकी आ जिहने साडी युवा पीढ़ी नूं पराहे पाएगा, उह जिहड़ी शैली आ उह बड़ी घटिया किस्म दी शैली आ, बड़ा वक्खरे ढंग दे हथियारां दी गल करनी है ना जी, इश्क मुश्क दीआं गल्लां करनीआं, नो डाउट उह कोई कल्चर आ, पर ਜਿਹੜਾ ਸਾਡਾ ਵਿਰਸਾ ਗਾ ਉਹਦੇ ਨਾਲੋਂ ਜ਼ਰੂਰ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਟੁੱਟ ਰਹੀ ਆ, ਬਿਲਕੁਲ, ਤੇ ਅਸੀਂ ਹੈਰਾਨ ਆਗੇ ਵੀ ਦੇਖੋ ਅਜਿਹੀਆਂ ਅਜਿਹੇ ਤਰੀਕੇ ਦੀ ਗਾਇਕੀ ਨੂੰ ਕਿਵੇਂ ਬਾਹਰਲੇ ਮੁਲਕਾਂ ਵਾਲੇ ਪ੍ਰਮੋਟ ਕਰ ਰਹੇ ਨੇ, ਕਿਵੇਂ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ, ਤੇ ਗੱਲਾਂ ਉੱਥੇ ਸਾਡੀਆਂ ਹੁੰਦੀਆਂ ਨੇ ਵਿਰਸਾ ਬਚਾਓ ਵਿਰਸਾ ਬਚਾਓ, ਵਿਰਸਾ ਤਾਂ ਸਾਡੀ ਇੱਕ ਵਿਸ਼ਰੀ ਆ, ਜਿਵੇਂ ਹੁਣ ਕਹਿੰਦੇ ਤੁਸੀਂ ਅਲੋਪ ਹੋ ਗਈ, ਨਹੀਂ ਇਹ ਲੋਕਾਂ ਦੀ ਮਾਨਸਿਕਤਾ ਅਲੋਪ ਹੋ ਗਈ ਜੀ, ਲੋਕਾਂ ਦੀ ਮਾਨਸਿਕਤਾ ਕਿਤੇ ਨਾ ਕਿਤੇ ਕੁਰਾਹੇ ਪੈ ਗਈ, ਲੋਕਾਂ ਦੀ ਮਾਨਸਿਕਤਾ ਕਿਤੇ ਨਾ ਕਿਤੇ ਚੋਰੀ ਹੋ ਗਈ ਜੀ, ਤੇ ਉਹ ਕਿਹਨੇ ਕਰ ਲਈ ਪੱਛਮੀ ਸੱਭਿਆਚਾਰ ਨੇ, ਬਿਲਕੁਲ, ਹੁਣ ਉਹ ਰੈਪ ਗਾਉਂਦੇ ਨੇ ਫੋਟੋ ਖਿੱਚਣੀ ਗੁਆਂਢ ਨੇ ਤੇਰੀ, ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਗਾਇਕ ਨੂੰ ਨਹੀਂ ਪਤਾ ਤੇ ਗੀਤਕਾਰ ਨੂੰ ਨਹੀਂ ਪਤਾ ਵੀ ਗੁਆਂਢ ਸਾਡੇ ਚਾਚੇ ਤਾਇਆਂ ਦੇ ਹੁੰਦੇ ਨੇ, ਬਿਲਕੁਲ ਜੀ ਬਿਲਕੁਲ, ਅਜਿਹੀ ਗਾਇਕੀ ਕਿੱਥੋਂ ਅਸੀਂ ਭਵਿੱਖ ਦੀ ਸਿਰਜਣਾ ਕਰ ਲਾਂਗੇ, ਕਿੱਥੋਂ ਅਸੀਂ ਸੋਹਣੇ ਸਮਾਜ ਦੀ ਸਿਰਜਣਾ ਕਰ ਲਾਂਗੇ, ਬਿਲਕੁਲ ਬਿਲਕੁਲ, ਤੇ ਇਸ ਕਰਕੇ ਸਾਡੀ ਬੇਨਤੀ ਆ ਸਾਡੇ ਬਾਹਰਲੇ ਵੀਰਾਂ ਨੂੰ ਜਿਹੜੇ ਹਰ ਟਾਈਮ ਪੰਜਾਬ ਲਈ ਤਤਪਰ ਰਹਿੰਦੇ ਨੇ ਸਹਿਯੋਗ ਦੇਣ ਲਈ, ਉਹ ਆਪਦੇ ਵਿਰਸੇ ਨੂੰ ਸਾਂਭਣਾ ਚਾਹੁੰਦੇ ਨੇ ਤਾਂ ਉਹ ਇਹਦੀ ਪਹਿਲਾਂ ਪਹਿਚਾਣ ਕਰਨ ਕਿ ਸਾਡਾ ਵਿਰਸਾ ਹੈ ਕੀ, ਜੇ ਸਾਡੀ ਕਲਾ ਇਸ ਤਰ੍ਹਾਂ ਮਰ ਗਈ ਜਾਂ ਉਹ ਕਲਾ ਤੇ ਲੱਗਣ ਵਾਲਾ ਪੈਸਾ ਜਾਂ ਉਹ ਕਲਾ ਨੂੰ ਦੇਣ ਵਾਲਾ ਸਹਿਯੋਗ ਕਿਸੇ ਗਲਤ ਕਲਾ ਨੂੰ ਜਿਹੜੇ ਲੋਕਾਂ ਨੂੰ ਸੇਧ ਨਾ ਦੇ ਸਕੇ ਉਹ ਤੇ ਲੱਗ ਗਿਆ ਤਾਂ ਆਉਣ ਵਾਲਾ ਭਵਿੱਖ ਆ ਜਿਹੜਾ ਉਹ ਤੁਸੀਂ ਜਾਣਦੇ ਹੋ ਬਿਲਕੁਲ ਕਿੰਨਾ ਭਿਆਨਕ ਹੋ ਜੀ। ਮੈਂ ਵੀ ਇਹ ਨਾਲ ਨਾਲ ਤੁਹਾਡੇ ਨਾਲ ਨਾਲ ਮੈਂ ਵੀ ਇਹ ਕਹਿਣਾ ਚਾਹੂੰਗਾ ਕਿ ਜਿਵੇਂ ਆਮ ਆਪਣੇ ਕਵੀਸ਼ਰ ਜੇ ਕਿਸੇ ਕਵੀਸ਼ਰ ਨੂੰ ਆਪਣੇ ਬਾਹਰ NRI ਭਰਾਵਾਂ ਵੱਲੋਂ ਕਿਸੇ ਨੂੰ ਸੰਪੋਸਰ ਵੀ ਆਉਂਦੀ ਆ ਉਹ ਮੂੰਹ ਰੱਖ ਤੋਂ ਸੰਪੋਸਰ ਆਉਂਦੀ ਆ ਕੇਰਾ ਉਹਦਾ ਮੂੰਹ ਰੱਖ ਲੈਂਦੇ ਨੇ ਭੇਜ ਦਿੰਦੇ ਨੇ ਬਾਅਦ ਦੇ ਵਿੱਚ ਜਦੋਂ ਕੋਈ ਫੋਨ ਟੈਲੀਫੋਨ ਵਗੈਰਾ ਜਾਂਦਾ ਵੈਸੀ ਵੱਲੋਂ ਉਹ ਨਾ ਨੁਕਰ ਕਰ ਦਿੰਦੇ ਨੇ ਪਰ ਜਿਹੜੇ ਅੱਜ ਦੇ ਕਲਾਕਾਰ ਨੇ ਉਹਨਾਂ ਨੂੰ ਉਹ ਪ੍ਰਮੋਟ ਕਰ ਰਹੇ ਨੇ ਵੀ ਜੇ ਕਿਤੇ ਆਪਾਂ ਸੱਭਿਆਚਾਰ ਬਚਾਉਣਾ ਚਾਹੁੰਦੇ ਹਾਂ ਮੈਂ NRI ਭਰਾਵਾਂ ਨੂੰ ਸਾਡੇ ਸਮਾਜ ਸੇਵੀਆਂ ਨੂੰ ਜੋ ਕਿ ਇਹ ਚੀਜ਼ ਦੇ ਵਿੱਚ ਤਤਪਰ ਨੇ ਸੱਭਿਆਚਾਰ ਨੂੰ ਬਚਾਉਣ ਦੇ ਵਿੱਚ ਆਪਣਾ ਉਪਰਾਲੇ ਕਰ ਰਹੇ ਨੇ ਉਹਨਾਂ ਨੂੰ ਇਹ ਜ਼ਰੂਰ ਹੱਥ ਜੋੜ ਕੇ ਪਾਠਕ ਭਰਾਵਾਂ ਵੱਲੋਂ ਵੀ ਔਰ ਲਖਵੀਰ ਸਿੰਘ ਡਾਕਟੂਪੁਰਾ ਵੱਲੋਂ DSK TV ਦੀ ਪੂਰੀ ਟੀਮ ਵੱਲੋਂ ਵੀ ਇਹ ਬੇਨਤੀ ਕਰਾਂਗੇ ਵੀ ਆਉਣ ਵਾਲਾ ਸੱਭਿਆਚਾਰ ਬਚਾਓ ਪੱਛਮੀ ਸੱਭਿਆਚਾਰ ਤੋਂ ਹਟ ਕੇ ਆਪਾਂ ਜਿਹੜਾ ਆਪਣਾ ਸਮਾਜ ਹੈ ਆਪਣਾ ਪੰਜਾਬ ਹੈ ਇਹਨੂੰ ਬਚਾਈਏ ਇਹ ਅਸੀਂ ਸੁਨੇਹਾ ਇੱਕ ਜ਼ਰੂਰ ਸਰੋਤਿਆਂ ਨੂੰ ਦੇਣਾ ਚਾਹਾਂਗੇ। ਜਿਵੇਂ ਪ੍ਰੀਤ ਜੀ ਤੁਹਾਡੀ ਇੱਕ ਪਿੱਛੇ ਜੇ ਕਵਿਤਾ ਬਹੁਤ ਫੇਮਸ ਹੋਈ ਸੀ ਜੂਨ ਦੀਆਂ ਰੋਟੀਆਂ, ਹਾਂਜੀ ਹਾਂਜੀ, ਉਹ ਕਵਿਤਾ ਦੇ ਹਾਸਰਸ ਕਵਿਤਾ ਵੀ ਜ਼ਰੂਰੀ ਵੀ ਹੁੰਦੀ ਹੈ ਕਿਉਂਕਿ ਦਰਸ਼ਕ ਵੀ ਇਹ ਉਡੀਕ ਕਰਦੇ ਰਹਿੰਦੇ ਨੇ ਵੀ ਜੀਵਨ ਦੀਆਂ ਗੱਲਾਂ ਤਾਂ ਤੁਸੀਂ ਕਰਦੇ ਹੋ ਕੁਛ ਹਾਸਰਸ ਵੀ ਸੁਣਾਇਆ ਕਰੋ ਜ਼ਰੂਰ, ਕੋਈ ਹਾਸਰਸ ਕਵਿਤਾ ਜਿਵੇਂ ਜੂਨ ਦੀਆਂ ਛੁੱਟੀਆਂ ਕਵਿਤਾ ਫੇਮਸ ਹੋਈ ਸੀ ਨਾ ਉਹਦੇ ਦੋ ਚਾਰ ਜੇ ਬੋਲ ਹੋ ਜਾਣ ਤਾਂ ਆਪਾਂ ਜ਼ਰੂਰ ਕਰਦੇ ਹਾਂ ਕਿਉਂਕਿ ਹਾਸਾ ਵੀ ਅਲੋਪ ਹੋ ਰਿਹਾ ਜੀ ਸ਼ਣਾ ਲੋਕਾਂ ਨੂੰ ਵਧੀਆ ਵੀ ਬਿਲਕੁਲ ਬਿਲਕੁਲ ਤੇ ਇਸ ਕਰਕੇ ਹਾਸੇ ਦੇ ਮਤਲਬ ਘੱਟ ਰਿਹਾ ਹੈਗਾ ਜੀ ਜੀ ਜੀ। ਅਸੀਂ ਸਾਡੀ ਇੱਕ ਕਵਿਤਾ ਸੀ ਜੂਨ ਦੀਆਂ ਛੁੱਟੀਆਂ ਜੀ, ਉਹ ਤਕਰੀਬਨ ਸਾਰਿਆਂ ਦੀ ਨੇ ਵੀ ਜਦੋਂ ਜੂਨ ਦੀ ਛੁੱਟੀਆਂ ਆਉਂਦੇ ਨੇ ਮਤਲਬ ਘਰ ਵਾਲੀ ਦੇਖੀ ਜਾਂਦੀ ਹੈ ਤਾਂ ਉਹਦੇ ਘਰ ਵਾਲੇ ਨੂੰ ਕੰਮ ਗਿਣਾ ਕੇ ਜਾਂਦੇ ਆ ਉਹਨੂੰ ਫਿਕਰ ਮਗਰਲਾ ਵੀ ਹੈ ਵੀ ਆਹ ਨਾ ਹੋ ਜਾ ਨਾ ਹੋ ਜਾ ਤੂੰ ਐਂ ਕਰਦੀ ਤੇ ਉਹ ਕਵਿਤਾ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ ਜੀ ਜ਼ਰੂਰ ਜੀ ਜ਼ਰੂਰ। ਹੋਇਆ ਆ ਜੂਨ ਦਾ ਮਹੀਨਾ ਗੱਲ ਸੁਣ ਲੈ ਸ਼ਕੀਨਾ, ਜੂਨ ਦਾ ਮਹੀਨਾ ਗੱਲ ਸੁਣ ਲੈ ਸ਼ਕੀਨਾ, ਜੇ ਮੈਂ ਬੱਚਿਆਂ ਨੂੰ ਨਾਨਕੀ ਕਮਾਉਣ ਚੱਲੀਆਂ ਰੋਟੀ ਲਾਲੀ ਵੇ ਸੋਹਣਿਆ, ਚਾਰ ਦਿਨ ਛੁੱਟੀਆਂ ਬਿਤਾਉਣ ਚੱਲੀਆਂ ਰੋਟੀ ਲਾਲੀ ਵੇ ਸੋਹਣਿਆ, ਚਾਰ ਦਿਨ ਛੁੱਟੀਆਂ ਬਿਤਾਉਣ ਚੱਲੀਆਂ ਰੋਟੀ ਲਾਲੀ ਵੇ ਸੋਹਣਿਆ, ਭਾਂਡੇ ਟੀਂਡੇ ਮਾਂਜੀ ਤੇ ਸਫਾਈ ਪੂਰੀ ਰੱਖੀ ਵੇ, ਡਿੰਡੇ ਮਾਂਜੀ ਤੇ ਸਫਾਈ ਪੂਰੀ ਰੱਖੀ ਵੇ, ਜਿੱਥੋਂ ਚੱਕੇ ਚੀਜ਼ ਉਸ ਥਾਂ ਉੱਤੇ ਰੱਖੀ ਵੇ, ਜਿੱਥੋਂ ਚੱਕੇ ਚੀਜ਼
ਟੱਲੀਆਂ ਰੋਟੀ ਲਾਣੀ ਵੇ ਸੋਹਣਿਆ ਚਾਰ ਦਿਨ ਛੁੱਟੀਆਂ ਬਿਤਾਉਣ ਚੱਲੀਆਂ ਰੋਟੀ ਲਾਣੀ ਵੇ ਸੋਹਣਿਆ ਚਾਰ ਦਿਨ ਛੁੱਟੀਆਂ ਬਿਤਾਉਣ ਚੱਲੀਆਂ ਰੋਟੀ ਲਾਣੀ ਵੇ ਸੋਹਣਿਆ ਤੁਹਾਡੀ ਕਵੀਸ਼ਰੀ ਗਾਉਣ ਦੇ ਸਫ਼ਰ ਦੇ ਵਿੱਚ ਤੁਹਾਡੇ ਜਿਹੜਾ ਸਹਿਯੋਗ ਦਿੱਤਾ ਜਿਹੜਾ ਅਹਿਮ ਸਹਿਯੋਗ ਤੁਸੀਂ ਸਮਝ ਲਓ ਕਿਹੜੇ ਨਾਮ ਨੇ ਜਿਨ੍ਹਾਂ ਨੇ ਤੁਹਾਨੂੰ ਹੁਣ ਤੱਕ ਸਹਿਯੋਗ ਦਿੰਦੇ ਨੇ ਅਤੇ ਦਿੰਦੇ ਆ ਰਹੇ ਨੇ ਹਾਂਜੀ ਇਹ ਨਾ ਕਿਸੇ ਵੀ ਕੋਈ ਤਰੱਕੀ 'ਚ ਜਾਂ ਕਿਸੇ ਵਿਕਾਸ ਦੇ ਵਿੱਚ ਜੀ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਹੜੇ ਉਸ ਵਿਕਾਸ ਦਾ ਹਿੱਸਾ ਬਣਦੇ ਨੇ ਜੀ ਅਤੇ ਮੈਂ ਸਮਝਦਾ ਵੀ ਅਸੀਂ ਸਾਡੀ ਕੋਸ਼ਿਸ਼ ਰਹੀ ਆ ਵੀ ਚੰਗੇ ਮਿੱਤਰ ਤੇ ਚੰਗੀਆਂ ਕਿਤਾਬਾਂ ਭਾਵੇਂ ਥੋੜੀਆਂ ਹੋਣ ਪਰ ਵਧੀਆ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਇਸੇ ਕੜੀ ਦੇ ਵਿੱਚੋਂ ਸਾਡੇ ਬਹੁਤ ਪਰਮ ਮਿੱਤਰ ਜਿਵੇਂ ਕਿੱਕੀ ਵਿਰਕ ਕੈਨੇਡਾ ਜਿਨ੍ਹਾਂ ਨੇ ਸਾਡੀ ਇਹ ਜਿਹੜਾ ਸਫ਼ਰ ਤੇ ਅਸੀਂ ਸ਼ੁਰੂ ਕੀਤਾ ਸੀ ਮੇਰੇ ਭਰਾਵਾਂ ਨੇ ਕਰਿਆ ਸੀ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਇਹਨਾਂ ਦੇ ਨਾਲ ਗਾਇਆ ਵੀ ਆ ਤੇ ਉਹਨਾਂ ਤੋਂ ਇਲਾਵਾ ਵੀਰ ਸਿਮਰਜੀਤ ਮਾਨ ਜੀ ਸੇਖਾ ਉਹ ਵੀ ਸਾਡੇ ਬਹੁਤ ਪਰਮ ਮਿੱਤਰ ਨੇ ਜਿਹੜੇ ਬਹੁਤ ਹੀ ਸਹਿਯੋਗ ਦਿੰਦੇ ਨੇ ਸੇਵਾ ਸਟੂਡੀਓ ਤੇ ਗੁਰਸੇਵਕ ਮਾਨ ਜੀ ਸਾਡੇ ਉਹ ਵੀ ਸੇਖੇ ਤੋਂ ਵੀਰ ਨੇ ਇੱਕ ਗੁਰਪ੍ਰੀਤ ਕਾਲਾ ਕਾਲੇ ਕੇ ਗੀਤਕਾਰ ਜਿਨ੍ਹਾਂ ਦਾ ਪਿੱਛੇ ਜੇ ਅਸੀਂ ਬਾਕੀ ਰਿਕਾਰਡ ਵੀ ਕੀਤਾ ਤੇ ਮੀਤ ਸਕਰੌਦੀ ਜੀ ਜਿਨ੍ਹਾਂ ਨੇ ਸਾਡੀ ਪਹਿਲੀ ਕੈਸੇਟ ਜਿਹੜੀ ਰਿਲੀਜ਼ ਕਰਵਾਈ ਸੀ ਅੱਜ ਦੀ ਦਰੋਪ ਸੀ ਤੇ ਅੱਜ ਵੀ ਉਹ ਚਟਾਨ ਵਾਂਗ ਸਾਡੇ ਨਾਲ ਖੜੇ ਨੇਗੇ ਸੰਦੀਪ ਧੌਲਾ ਜੀ ਜਿਹੜੇ ਵਾਤਾਵਰਨ ਪ੍ਰੇਮੀ ਨੇ ਹੋਰ ਬਹੁਤ ਸਾਰੀਆਂ ਜਿਵੇਂ ਮਿੱਠੂ ਐਮ ਸੀ ਜੀ ਸਾਡੇ ਜਿਹੜੇ ਸਾਡੀ ਕਲਾਸ ਵੀਰ ਜੀ ਨਾਲ ਇੱਕੋ ਹੀ ਕਲਾਸ ਚ ਪੜ੍ਹਦੇ ਸੀਗੇ ਤੇ ਉਹ ਮੌਜੂਦਾ ਸਮੇਂ ਸਾਡੇ ਨਗਰ ਦੇ ਐਮ ਸੀ ਵੀ ਰਹਿ ਚੁੱਕੇ ਨੇ ਤੇ ਹੁਣ ਵੀ ਉਹ ਸਮਾਜ ਸੇਵਾ ਕਰਦੇ ਨੇ ਹਰ ਇੱਕ ਧਰਨਿਆਂ ਦੇ ਵਿੱਚ ਹੋਰ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ ਸੁਨੇਹ ਦਿੰਦੇ ਨੇ ਉਹ ਅਜਿਹੇ ਮਿੱਤਰ ਅਸੀਂ ਪਾਲਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਸਹਿਯੋਗ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਜਿਹਨਾਂ ਦਾ ਸਮਾਜ ਦੇ ਵਿੱਚ ਕੋਈ ਰੁਤਬਾ ਤੇ ਚੰਗੇ ਲੋਕ ਨੇ ਤੇ ਹੁਣ ਵੀ ਅੱਜ ਵੀ ਉਹ ਸਾਡੇ ਵਾਂਗ ਸਾਡੇ ਨਾਲ ਚਟਾਨ ਵਾਂਗ ਖੜੇ ਨੇ ਸਾਡੀ ਇੱਕ ਸਮੁੱਚੀ ਟੀਮ ਆ ਇਹ ਜਿਹੜੀ ਇਹ ਕੰਮ ਕਰ ਰਹੀ ਆ ਤੇ ਕੋਸ਼ਿਸ਼ ਆ ਵੀ ਇਸ ਕੰਮ ਨੂੰ ਕਿਉਂਕਿ ਚੰਗੇ ਕੰਮ ਨੇ ਜਿਹੜੇ ਇਹਨਾਂ ਦੇ ਜਿਹੜੇ ਸੁਨੇਹੇ ਹੁੰਦੇ ਨੇ ਲੋਕ ਮਾੜੇ ਕੰਮ ਨੂੰ ਤਾਂ ਅਪਣਾ ਲੈਂਦੇ ਨੇ ਉਹ ਜਲਦੀ ਹੋ ਜਾਂਦੇ ਨੇ ਸੌਖੇ ਹੁੰਦੇ ਬਿਲਕੁਲ ਬਿਲਕੁਲ ਤੇ ਚੰਗੇ ਕੰਮ ਦੇ ਜਿਹੜੇ ਸੁਨੇਹੇ ਨੇ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਹੌਲੀ ਹੌਲੀ ਇਹ ਸੁਨੇਹੇ ਲੋਕਾਂ ਤੱਕ ਪਹੁੰਚਦੇ ਜਾਂਦੇ ਨੇ ਤੇ ਲੋਕ ਜਾਗਦੇ ਜਾਂਦੇ ਨੇ ਸੋ ਇਹਨਾਂ ਵੀਰਾਂ ਦੇ ਅਸੀਂ ਰਿਣੀ ਆ ਜਿਹੜੇ ਸਾਡਾ ਹਰ ਸਮੇਂ ਸਹਿਯੋਗ ਦਿੰਦੇ ਕਵੀਸ਼ਰੀ ਕਰਨ ਸਮੇਂ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਬੰਦੇ ਨੂੰ ਅੜਕਣਾ ਪੈਂਦੀਆਂ ਨੇ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ ਕਦੇ ਕੋਈ ਤੁਹਾਡੇ ਜੱਥੇ ਦੇ ਨਾਲ ਕੋਈ ਅਹਿਮ ਘਟਨਾ ਵਾਪਰੀ ਹੋਵੇ ਜਿਹੜੀ ਤੁਹਾਨੂੰ ਯਾਦ ਹੋਵੇ ਵੀ ਯਾਰ ਆਹ ਗੱਲ ਸਦਾ ਬੰਦੇ ਦੇ ਯਾਦ ਰਹਿੰਦੀ ਹੈ ਭੁੱਲਦੀ ਨਹੀਂ ਯਾਦ ਆ ਜਾਂਦੀ ਹੈ ਕੋਈ ਯਾਦ ਹੋਵੇ ਕੋਈ ਗੱਲ ਤੁਹਾਡੀ ਹਾਂਜੀ ਹਾਂ ਬਹੁਤ ਸਾਰੀਆਂ ਘਟਨਾਵਾਂ ਵਰਦਾਨ ਵੀ ਬਣ ਜਾਂਦੀਆਂ ਨੇ ਜੀ ਜੀ ਜਾ ਕੇ ਜੀ ਸਾਡੇ ਗੱਲ ਜ਼ਿਆਦਾ ਅਸੀਂ ਨਗਰ ਸੇਖਾ ਜੀ ਜਿੱਥੇ ਅਸੀਂ ਹਰ ਸਾਲ ਹੀ ਜਾਂਦੇ ਹਾਂ ਹੁਣ ਜੀ ਪਰ ਕੋਈ ਸਮਾਂ ਸੀਗਾ ਜਦੋਂ ਅਸੀਂ ਤਿੰਨੇ ਭਰਾ ਉੱਥੇ ਗਏ ਜੀ ਤਾਂ ਉੱਥੇ ਦੇ ਸਟੇਟ ਸੈਕਟਰੀ ਆ ਹੈਪੀ ਆ ਮੁੰਡੇ ਦਾ ਨਾਮ ਜੀ ਜੀ ਸਾਡੇ ਪਰਮ ਮਿੱਤਰ ਨੇ ਅੱਜ ਕੱਲ੍ਹ ਅਸੀਂ ਉਹਨਾਂ ਦੇ ਆਉਣਾ ਜਾਣਾ ਸਾਡਾ ਤੇ ਸਿਮਰਜੀਤ ਮਾਨ ਜੀ ਤੇ ਸੇਵਾ ਸਟੂਡੀਓ ਸਾਡੇ ਉਹ ਪਰਮ ਮਿੱਤਰ ਬਣ ਗਏ ਜੀ ਪਰ ਜਿਹੜੀ ਉਦੋਂ ਦੀ ਘਟਨਾ ਕੀ ਉਹ ਇਹ ਸੀ ਵੀ ਅਸੀਂ ਜਦੋਂ ਉੱਥੇ ਗਏ ਸਾਨੂੰ ਦੱਸਿਆ ਵੀ ਬਾਬਾ ਟਹਿਲਦਾਸ ਜੀਆਂ ਦੇ ਮਹਾਰਾਜ ਜੀਆਂ ਦੇ ਉੱਥੇ ਪ੍ਰੋਗਰਾਮ ਲੱਗਦਾ ਬਹੁਤ ਭਾਰੀ ਇਕੱਠ ਹੁੰਦਾ ਵੀ ਯਾਰ ਤੁਸੀਂ ਉੱਥੇ ਜਾਇਆ ਕਰੋ ਜੀ ਜਦੋਂ ਅਸੀਂ ਗਏ ਜਾ ਕੇ ਸਾਨੂੰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਵੀਰ ਜੀ ਇੱਕ ਕਵਿਤਾ ਦਾ ਸਮਾਂ ਦੇ ਦਿਓ ਉਹ ਕਹਿੰਦਾ ਵੀ ਸਾਡੇ ਕੋਲ ਨਹੀਂ ਕਵਿਤਾ ਦਾ ਸਮਾਂ ਵੀ ਸਾਡੇ ਕਵਿਸਰ ਜਥੇ ਆਏ ਹੋਏ ਨੇ ਕਿਉਂਕਿ ਉੱਥੇ ਬਹੁਤ ਜਥੇ ਪਹੁੰਚੇ ਬਿਲਕੁਲ ਜੀ ਬਿਲਕੁਲ ਅਸੀਂ ਕਹੇ ਸਾਨੂੰ ਇੱਕ ਕਵਿਤਾ ਦੇ ਦਿਓ ਉਹ ਕਹਿੰਦਾ ਨਹੀਂ ਯਾਰ ਤੁਸੀਂ ਮੁੰਡੇ ਖੁੰਡੇ ਹੋ ਪਤਾ ਨਹੀਂ ਕੀ ਗੱਲ ਉਹ ਕਹਿੰਦਾ ਮੈਂ ਸਟੇਜ ਦੀ ਜਿਹੜੀ ਰੂਪ ਰੇਖਾ ਜਿਹਾ ਖਰਾਬ ਕਰ ਦੋਗੇ ਵੀ ਸਾਡੀ ਬੇਨਤੀ ਆ ਤੁਸੀਂ ਨਾ ਫਿਰ ਕਦੇ ਆਇਓ ਸਾਨੂੰ ਦੱਸ ਕੇ ਆਇਆ ਕਰੋ ਆਏ ਨਹੀਂ ਸਾਡੇ ਨਿਸ਼ਚਿਤ ਸਮੇਂ ਚਲੋ ਅਸੀਂ 2 ਮਿੰਟ ਰੋਕੇ ਇੱਕ ਬਜ਼ੁਰਗ ਬੈਠੇ ਸੀ ਉਹ ਕਹਿੰਦੇ ਵੀ ਕਾਕਾ ਖੜ ਜਾਓ ਕਹਿੰਦੇ ਜੇ ਟਾਈਮ ਪਿਛਲੀ ਆ ਜਾਂਦਾ ਕਈ ਵਾਰ ਜਥਾ ਨਹੀਂ ਆਉਂਦਾ ਸੋ ਉਹਨੂੰ 2-4 ਮਿੰਟ ਦਵਾ ਦਾਂਗੇ ਕੋਈ ਨਾ ਤੁਸੀਂ ਕੱਢ ਲਿਓ ਕਢਾ ਦਿਓ ਜੀ ਜੀ ਤੇ ਇੰਨੇ ਨੂੰ ਕੀ ਹੋਇਆ 1-2 ਜਥਿਆਂ ਨੇ ਗਾਇਆ ਉਹ ਤੋਂ ਬਾਅਦ ਉਹਨੂੰ ਵੀਰ ਨੇ ਬੋਲਿਆ ਹੈਪੀ ਨੇ ਵੀ ਫਲਾਨਾ ਜਥਾ ਉਹ ਕਿਤੇ ਗੈਰ ਹਾਜ਼ਰ ਸੀ ਆਏ ਨਹੀਂ ਜੀ ਉਹ ਕਹਿੰਦੇ ਬਜ਼ੁਰਗ ਕਹਿੰਦੇ ਯਾਰ ਇਹਨਾਂ ਨੂੰ ਲਵਾ ਦੇ ਮੁੰਡਿਆਂ ਨੂੰ ਕਦੋਂ ਦੇ ਖੜੇ ਨੇਗੇ ਜੀ ਜੀ ਉਹ ਕਹਿੰਦਾ ਆਓ ਜਲਦੀ ਛੇਤੀ ਆਓ ਕਹਿੰਦਾ ਆਹ ਤਾਂ ਨਵੀੜੋ ਕੰਮ ਆ ਤੇ ਇੱਕ ਬੇਨਤੀ ਆ ਵੀ ਕੋਈ ਇਹੀ ਜਿਹੀ ਕਵਿਤਾ ਨਾ ਗਾ ਦਿਓ ਜਿਹੜੀ ਸਟੇਜ ਦੀ ਰੂਪ ਰੇਖਾ ਖਰਾਬ ਕਰ ਅਸੀਂ ਕਹੀ ਨਹੀਂ ਅਸੀਂ ਵਧੀਆ ਕਵਿਤਾ ਗਾਵਾਂ ਤੇ ਅਸੀਂ ਸਟੇਜ ਤੇ ਚੜ ਗਏ ਜੀ ਅਸੀਂ ਕਵਿਤਾ ਗਾਈ ਫਕੀਰ ਚੰਦ ਫੱਕਰ ਦੀਆਂ ਦੀ ਆ ਗਈ ਅੰਗਾਂ ਦੇ ਵਿੱਚ ਕਮਜ਼ੋਰੀਆਂ ਬਸ ਹੋ ਗਈ ਥੱਕ ਗਿਆ ਤੇ ਉਹ ਕਵਿਤਾ ਜਦੋਂ ਅਸੀਂ ਗਾਈ ਬਜ਼ੁਰਗਾਂ ਨੂੰ ਇੰਨਾ ਪਿਆਰ ਬਜ਼ੁਰਗਾਂ ਵੱਲੋਂ ਮਿਲਿਆ ਤੇ ਇੰਨੀ ਪ੍ਰਸ਼ੰਸਾ ਹੋਈ ਉਸ ਕਵਿਤਾ ਦੀ ਉਹ ਕਹਿੰਦੇ ਵੀ ਹੋਰ ਕਵਿਤਾ ਗਾਓ ਇੱਕ ਅਸੀਂ ਇੱਕ ਹੋਰ ਲਾਈ ਫਿਰ ਕਹਿੰਦੇ ਇੱਕ ਹੋਰ ਗਾਓ ਕਰਦੇ ਗਾਉਂਦੇ ਸਾਡਾ ਅੱਧਾ ਪੌਣਾ ਘੰਟਾ ਲੱਗ ਗਿਆ ਤੇ ਉਹੀ ਸਟੇਜ ਉਹ ਦਿਨ ਤੇ ਅੱਜ ਦਾ ਦਿਨ ਉਹ ਇੱਕ ਐਸਾ ਇਤਿਹਾਸਕ ਬਣ ਗਿਆ ਕਿ ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ ਅੱਜ ਵੀ ਅਸੀਂ ਸਟੇਜ ਸੈਕਟਰੀ ਨਾਲ ਗੱਲਾਂ ਕਰਦੇ ਹਾਂ ਤੇ ਜਦੋਂ ਜਾਂਦੇ ਹਾਂ ਅੱਜ ਉਸ ਨਗਰ ਦੀ ਬਹੁਤ ਪਿਆਰ ਮਿਲਦਾ ਔਰ ਘੰਟਾ ਡੇਢ ਘੰਟਾ ਸਾਡਾ ਬਕਾਇਦਾ ਤੌਰ ਤੇ ਰੱਖਿਆ ਹੁੰਦਾ ਤੇ ਬਹੁਤ ਰਾਜਮਾ ਪਿਆਰ ਮਿਲਦਾ ਤੇ ਬੜੀ ਖੁਸ਼ੀ ਹੁੰਦੀ ਹੈ ਵੀ ਉਹੀ ਸਟੇਜਾਂ ਨੇ ਪਰਮਾਤਮਾ ਦੀ ਮਿਹਰ ਹੈ ਜਿਹੜੀ ਗੱਲਾਂ ਬਾਤ ਦਾ ਸਫ਼ਰ ਆਪਣਾ ਬਹੁਤ
हाँ जी असि यो सुनेहा देना चाहते हैं जी भी जिथे हम मौजूदा समय के हालात ने जिथे उथे पंजाब प्रति चिंता करने की लोड़ आ चिंतन करने की लोड़ आ उत्थे आने वाली पीढ़ी नूं सांभण की लोड़ आ क्योंकि बंदा सिंह बहादुर जां हरी सिंह नलूआ वह कुरकरे लेजा नाल नहीं बनने आने वाली पीढ़ी नूं सांभांगे ता यह जिहड़ा पंजाब आ दुबारे लैण ते चढ़ूगा ते यह चढ़ूगा किवें साडे विरसे नूं सांभण बिलकुल साडे बच्चों नूं साडे इतिहासां बारे जाणू करवाया जाए साडे बच्चों नूं साडी पुरातनता जो साडे गुरुआं पीरां ने सानूं संदेश दित्ते ने उन्हां तों जाणू करवाया जाए यह जिहड़ी गंधली गायकी आ जां पछमी सभ्याचार आ इह तों बचा के मोबाइलों तो बचा के बच्चों को एक सही सीध देने की लोड़ आ ताकि जिहड़ा साडा पंजाब है यह उही गुरुआं पीरां दी थापड़ा दे हेठ खुशहाल रहे खुशहाली दे विच रहे ते इसे तरह जिउंदा रहे ते तरक्कियां मन अज साडे नाल मौजूद सन बहुत ही सत्कारयोग जी कविश्री अथा पाठक ब्रदर जी धनौले वाले जिन्हां ने कि अपने कविश्री सफर दीआं गल्लां साडे नाल सांझीआं करीआं ने असीं तहे दिल तों इहनां दा धन्नवाद करदे और तुसीं साडे नाल जुड़े रहो और एक नाल ही इत्थे अहम बेनती असीं करनी चाहुंदे आ दर्शकां नूं देख रहे श्रोतियां नूं कि जो कविश्री कला मंच प्रोग्राम आए हफ्ते दिखाया जांदा सी हुण दर्शकां नूं बेनती करांगे कि कविश्रां दे जिहड़े प्रोग्राम चलण करके साडा जिहड़ा राबता थोड़ा घट उहनां नाल बणदा है ते एक महीने दे विच दो एपीसोड असीं तुहाडे रूबरू करिया करांगे और तुसीं साडे नाल जुड़े रहो देखते रहो डीएसके टीवी चैनल नूं सबसक्राइब करना ना भुल्लो बैल आईकॉन का बटन जरूर दबाओ ताकि हर एक वीडियो की नोटिफिकेशन सब तो पहला तुहाडे तक पहुँच सके इन्ने ही शब्दों के नाल समाप्ति करिए फतेह बुलाइए वाहिगुरू जी का खालसा